ਜੁਗ ਜੁਗ ਅਟਲ ਸ਼ਬਦ ਸਤਿਗੁਰੂ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਬਖਸ਼ਿਸ਼ ਸਵੇਰ ਸਮੇਂ ਸਤਸੰਗਤ ਦਾ ਸਮਾਂ ਸੀ ਪ੍ਰਾਪਤ ਕੀਤਾ ਗੁਰੂ ਹਜ਼ੂਰੀ ਨੂੰ ਮੰਨਦੇ ਹਾਂ ਰੂਟੀਨ ਦੇ دیਵਾਨਾ ਵਿੱਚ ਅਸਾ ਕੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਉਪਰੰਤ ਅਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦੇ ਗੁਰੂ ਹੁਕਮ ਅਜੇ ਹੁਣੇ ਅਸੀਂ ਸਰਵਨ ਕਰ ਰਹੇ ਸੀ ਪਾਵਨ ਬਚਨਾਂ ਦਾ ਪਾਠ ਆਪਨੇ ਸਰਵਨ ਕਰ ਲਿਆ ਹੈ ਹੁਣ ਬਣਦੇ ਸਮੇਂ ਵਿੱਚ ਇਹਨਾਂ ਗੁਰਵਾਕਾਂ ਦੀ ਸੀ ਤਕਰੀਰ ਵਿਚਾਰ ਕਰਾਂਗੇ ਸੁਜਤਨਿਕ ਜੀ ਹਾਜ਼ਰੀਨੋ ਮਨ ਬਿਰਤੀ ਹੈ ਕਾਗਰ ਕਰ ਦਿਆ ਹੋਇਆ ਫਤਿਹ ਦੀ ਸਾਂਝ ਕਰੀਏ ਤਾਂ ਕਿ ਵਿਚਾਰ ਪ੍ਰారంਭ ਕਰ ਸਕੀਏ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੁਰੂ ਹੁਕਮ ਰਾਗ ਤਿਲੰਗ ਵਿੱਚੋਂ ਆ ਰਿਹਾ ਹੈ ਸਰਨਾਵਾ ਤਿਲੰਗ ਕਰ ਦੂਜਾ ਮਹਲਾ ਪੰਜਵਾਂ ਇਹ ਬਣਦਾ ਹੈ ਤਿਲੰਗ ਰਾਗ ਵਿੱਚ ਕਰ ਦੂਜਾ ਗਾਇਨ ਕਰਨ ਵਾਸਤੇ ਹਿਦਾਇਤ ਿਆ ਜਦੋਂ ਵੀ ਇਸ ਸ਼ਬਦ ਨੂੰ ਸੁਰ ਮੁਜਬ ਤਿਲੰਗ ਵਿੱਚ ਗਾਉਣਾ ਆ ਤਾਂ ਥਾਪ ਗੋਚਰੇ ਦੂਸਰੇ ਕਰਦਾ ਇਸਤੇਮਾਲ ਕਰਨਾ ਹੈ ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਉਹਨਾਂ ਦੁਆਰਾ ਉਚਰਿਤ ਕੀਤਾ ਗਿਆ ਬਾਣੀ ਦਾ ਮੁਕਾਮੀ ਸੰਦੇਸ਼ ਹੈ ਅੱਗੇ ਬਾਖ ਪ੍ਰਾਰੰਭ ਹੋ ਰਿਹਾ ਹੈ ਰਹਾਉ ਤੇ ਬੰਤ ਵਿਚਾਰ ਪਰਮ ਕਰ ਰਹੇ ਹਾਂ ਸਭ ਜ਼ਿਕਰ ਕਰਦੇ ਨੇ ਸਭ ਉਪਰ ਪਾਰ ਬ੍ਰਹਮ ਦਾ ਧਾਰ ਤੇਰੀ ਟੇਕ ਤੇਰਾ ਆਧਾਰ ਸਭ ਉਪਰ ਪਾਰ ਬ੍ਰਹਮ ਦਾ ਧਾਰ ਉਹ ਜੀਵਨ ਦੇਹਿੰਦ ਸਰੂਪ ਜੋ ਸਾਡਾ ਸਾਰਿਆਂ ਦਾ ਮੂਲ ਹੈ ਉਸੇ ਵਿੱਚੋਂ ਹੀ ਇਹ ਜੀਵਨ ਸਾਰਾ ਉਮ ਗਿਆ ਹੈ ਅਮਦ ਹੋਈ ਹੈ ਉਹ ਹੀ ਕਰਤਾ ਹੈ ਇਹ ਬਚਨੇ ਸਾਰੇ ਦਿੱਤੇ ਰਿਫਲੈਕਟ ਕਰੇਗਾ ਪਰ ਹੁੰਦਾ ਇਹ ਹੈ ਕਿ ਜਿਹੋ ਜੇ ਉਹਦੀs ਹੁਕਮ ਦੀ ਲੀਲਾ ਦੇ ਅੰਦਰ ਉਸ ਪਰਿਪੂਰਨ ਨੇ ਸਾਨੂੰ ਇਹ ਮਨੁੱਖੀ ਜੀਵਨ ਬਖਸ਼ਿਆ ਇਹਦੇ ਅੰਦਰ ਸਾਡੇ ਮਨੁੱਖੀ ਮਨ ਦੀਆਂ ਜੜੀਆਂ ਬਿਰਤੀਆਂ ਨੇ ਇਹ ਵੱਖਰੇ-ਵੱਖਰੇ ਰੂਪ ਦੇ ਚ ਸਾਡੀ ਜੀਵਨ ਸ਼ਕਤੀ ਨੂੰ ਗਾਈਡ ਕਰਦੀਆਂ ਜੇ ਕਿਤੇ ਬਿਰਤੀ ਭੋਗ ਬਿਰਤੀ ਹੈ ਬਿਰਤੀ ਸੰਸਾਰ ਦੇ ਵਿੱਚ ਪਦਾਰਥ ਬਿਰਤੀ ਹੈ ਤੇ ਫਿਰ ਡੈਫੀਨਿਟਲੀ ਸਾਡੇ ਲਈ ਪਰਮ ਬ੍ਰਹਮ ਦਾ ਤਾਰ ਵੱਡਾ ਨਹੀਂਗਾ ਸਾਡੇ ਲਈ ਪਦਾਰਥ ਵੱਡਾ ਆ ਸਾਡੇ ਲਈ ਵਸਤਾਂ ਰਸਤਾ ਵੱਡੀਆਂ ਨੇ ਸਾਡੇ ਲਈ ਸਾਜੋ ਸਮਾਨ ਵੱਡਾ ਆ ਅਸੀਂ ਫਿਰ ਉਸ ਸਾਰੇ ਦੀ ਕਸ਼ਿਸ਼ ਵਿੱਚ ਜਿਸ ਨੂੰਸੀਂ ਕਹਿ ਲਈਏ ਕਿ ਜੋ ਇੱਕ ਰੋਹਾਨੀ ਜੀਵਨ ਹੈ ਜੋ ਅਧਿਆਤਮਿਕ ਜੀਵਨ ਹੈ ਉਹ ਸਾਰੇ ਨੂੰ ਬਹੁਤ ਪਿੱਛੇ ਛੱਡ ਜਾਵਾਂਗੇ ਅਸੀਂ ਬਹੁਤ ਜ਼ਿਆਦਾ ਪਦਾਰਥਵਾਦੀ ਹੋ ਕੇ ਮੈਟੀਰੀਅਲਿਸਟਿਕ ਹੋ ਕੇ ਉਸ ਪਾਸੇ ਜੀਣ ਨਾਲ ਬਲ ਉਸ ਨੂੰ ਤਰਜੀਹ ਦੇਵਾਂਗੇ ਬੰਦਾ ਕਹੇਗਾ ਭਾਈ ਸਾਹਿਬ ਵਿਦਆਊਟ ਐਨੀ ਡਾਊਟ ਮੈਟੀਰੀਅਲ ਤੋਂ ਪਦਾਰਥ ਤੋਂ ਬਿਨਾ ਕੀ ਚੱਲਦਾ ਧਰਤੀ ਦੇ ਉੱਤੇ ਈਵਨ ਆ ਸਾਰਾ ਸ਼ਰੀਰ ਹੀ ਪਦਾਰਥ ਤੋਂ ਬਣਿਆ ਆ ਸ਼ਰੀਰ ਆਪਣੇ ਆਪ ਵਿੱਚ ਹੀ ਪਦਾਰਥ ਆ ਬਿਲਕੁਲ ਠੀਕ ਆ ਪਰੇ ਦੇ ਵਿੱਚ ਵੀ ਇੱਕ ਬੈਲੈਂਸ ਹੈ ਆ ਆਪ ਇਸ ਤਰ੍ਹਾਂ ਜਾਣੋ ਕਿ ਸਰੀਰ ਕੱਲਾ ਖਾਣ ਨਾਲ ਨਹੀਂ ਬਣਿਆ ਕੱਲਾ ਪਾਣ ਨਾਲ ਦੀ ਆਭਾ ਨਹੀਂ ਮੰਡਤ ਹੋਈ ਇਹਦੇ ਨਾਲ ਇਹਦੀ ਜੋ ਇਹਦੇ ਚ એનર્ਜੀ ਹੈ ਉਹਨੂੰ ਸੀ ਕੰਟ੍ਰਿਬਿਊਟ ਵੀ ਕੀਤਾ ਆ ਐਕਸਰਸਾਈਜ਼ ਕੀਤੀ ਹੈ ਮੁਸ਼ਕਤ ਕੀਤੀ ਹੈ ਸਭ ਚੀਜ਼ਾਂ ਉਸ ਰੂਪ ਦੇ ਅੰਦਰ ਜੇ ਬੰਦਾ ਸਿਰਫ ਖਾਣ ਤੇ ਫੋਕਸ ਕਰੀ ਜਾਏਗਾ ਤੁਦਿ ਉਦਿ ਐਕਸਰਸਾਈਜ਼ ਨਹੀਂ ਕਰੇਗਾ ਉਹਦੀ એનર્ਜੀ ਜਿਹੜੀ ਉਸ ਲੈਵਲ ਤੇ ਇਨਵੈਸਟ ਨਹੀਂ ਕਰੇਗਾ ਕੀ ਹੋਏਗਾ ਇਹ ਡੈਫੀਨਿਟਲੀ ਜਿਹੜਾ ਜੀਵਨ ਨਹੀਂ ਬਣ ਪਾਏਗਾ ਸੋ ਇਹਨਾਂ ਦੋਨਾਂ ਰੂਪਾਂ ਦੇ ਚ ਇੱਕ ਬੈਲੈਂਸਡ ਵੇ ਦੇ ਨਾਲ ਚੱਲਣਾ ਇਹਨ ਬਿਨ ਪਦਾਰਥ ਦੀ ਕਸ਼ਿਸ਼ ਹੋਏ ਪਰ ਉਹਦੇ ਨਾਲ ਪਰਮਾਰਥ ਉਹਦੀ ਕਸ਼ਿਸ਼ ਨਹੀਂ ਛੱਡਣੀ ਇਹਨਾਂ ਦੋਨਾਂ ਨੂੰ ਬੈਲੈਂਸ ਰੂਪ ਵਿੱਚ ਰੱਖਣਾ ਹੈ ਮਹਾਰਾਜ ਜੀ ਕਹਿੰਦੇ ਮੇਰੇ ਲਈ ਸਰੋਪਰੀ ਸ਼੍ਰੋਮਣੀ ਜਿਹੜਾ ਸਪੀਰੀਅਰ ਆ ਸਭ ਉਪਰ ਪਾਰ ਬ੍ਰਹਮ ਦਾ ਤਾਰ ਪਰ ਪਾਰ ਬ੍ਰਹਮ ਅਕਾਲ ਪੁਰਖ ਵਹਿਗੁਰੂ ਉਹਦਾ ਨਾਮ ਸਰੂਪ ਹੈ ਮੇਰੇ ਲਈ ਉਹ ਦਾਤਾਰ ਮੇਰੇ ਲਈ ਸਭ ਤੋਂ ਵੱਡਾ ਆ ਇਸੇ ਹਾਸ਼ਿਛ ਤੁਕੀ ਇਤਿਹਾਸਕ ਦਿਹਾੜੇ ਸਾਡੇ ਚੱਲ ਰਹੇ ਨੇ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਖਾਸ ਕਰਕੇ ਸ਼ਾਮ ਦੇ ਦੀਵਾਨਾ ਚ ਬਾਤ ਬੀਤੇ ਕੱਲ ਤੋਂ ਜਿਵੇਂ ਪ੍ਰారంਭ ਕੀਤੀ ਸੀ ਔਰ ਜੇ ਮੌਲਿਕ ਰੂਪ ਵਿੱਚ ਗੱਲ ਕਰੀਏ ਤੇ ਜੋ ਸਾਡਾ ਗੁਰ ਇਤਿਹਾਸ ਆ ਜੋ ਸਾਡੀ ਸਾਡੇ ਪੁਰਖਿਆਂ ਦੇ ਪਾਏ ਹੋਏ ਪੂਰਨੇ ਨੇ ਉਹ ਇਸੇ ਚੀਜ਼ ਵਾਸਤੇ ਸਰੋਪਰੀ ਹੈ ਜੇ ਵਕਤ ਦੀ ਹਕਮਰਾਨੀਅਤ ਰੱਖਣ ਵਾਲੀ ਧਿਰ ਉਹ ਕਹਿੰਦੀ ਕਿ ਸਾਡੀ ਸੁਪਰ ਮਿਸੀ ਨੂੰ ਕਿਉਂ ਨਹੀਂ ਮੰਨਦੇ ਤੁਸੀਂ ਅਸੀਂ ਸੁਪਰੀਮ ਬਾਬਾ ਜੀ ਕਹਿੰਦੇ ਨਹੀਂ ਸੁਪਰੀਮ ਅਕਾਲ ਪੁਰਖ ਹੀ ਹੈ ਬੰਦਾ ਵੱਡਾ ਅਸੂਲਾਂ ਨੂੰ ਪਾਲਣ ਕਰਕੇ ਹੁੰਦਾ ਹੈ ਜੇ ਤੇਰੇ ਕੋਲ ਅਸੂਲ ਵੱਡੇ ਹੈਗੇ ਨੇ ਜੇ ਤੂੰ ਉਹਨਾਂ ਅਸੂਲਾਂ ਨੂੰ ਪਾਲਣ ਵਾਸਤੇ ਤਿਆਰ ਹੈਂ ਆ ਬਿਲਕੁਲ ਠੀਕ ਹੈ ਜੇ ਉਹ ਅਸੂਲਾਂ ਦਾ ਪੱਖ ਛੱਡ ਕੇ ਤੂੰ ਮਨੁੱਖਤਾ ਤੇ ਜ਼ੁਲਮ ਕਰੇਂਗਾ ਮਨੁੱਖਤਾ ਨੂੰ ਆਪਣੇ ਗੁਲਾਮ ਬਣਾ ਕੇ ਰੱਖੇਂਗਾ ਜੀ ਆਲੇ-ਦੁਆਲੇ ਨੂੰ ਡਰ ਸਹਿਮ ਉਸ ਸਾਰੇ ਵਿੱਚ ਤੂੰ ਜੀਣਾ ਜੀਣ ਵਾਸਤੇ ਫੋਰਸ ਕਰੇਂਗਾ ਅਸੀਂ ਇਸ ਚੀਜ਼ ਨੂੰ ਸਵੀਕਾਰਾਂਗੇ ਨਹੀਂ ਬਲਕਿ ਅਸੀਂ ਇਸ ਸਾਰੇ ਦੀ ਬਰਖਲਾਫਤ ਵਿੱਚ ਖੜੇ ਹੋਵਾਂਗੇ ਅਸੀਂ ਮਾਨਵਤਾ ਦੇ ਹੱਕ ਹਕੂਕ ਵਾਸਤੇ ਖੜੇ ਹੋਵਾਂਗੇ ਸੋ ਇਹ ਤਾ ਹੀ ਪੋਸੀਬਲ ਆ ਜਿਹਦੇ ਵਾਸਤੇ ਸੁਪੀਰੀਅਰ ਅਕਾਲ ਪੁਰਖ ਵਾਹਿਗੁਰੂ ਹੈ ਤੇ ਇਹੀ ਚੀਜ਼ ਰਾਜਾ ਸ਼ਾਹੀ ਨੂੰ ਸ਼ਹਿਨਸ਼ਾਹੀ ਮੰਨਣ ਵਾਲੇ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਉਹਨਾਂ ਨੂੰ ਕਹਿੰਦਾ ਵੀ ਹੱਦ ਹੋ ਗਈ ਇਹ ਸਾਨੂੰ ਕਿਉਂ ਨਹੀਂ ਸੁਪੀਰੀਅਰ ਮੰਨਦਾ ਇਹੀ ਪਹਾੜੀ ਜਾ ਕੇ ਔਰੰਗਜ਼ੇਬ ਨੂੰ ਕਹਿੰਦੇ ਨੇ ਜੀ ਉਹ ਤੁਹਾਨੂੰ ਤੇ ਮੰਨਦਾ ਹੀ ਨਹੀਂ ਉਹ ਉਹ ਤੇ ਤੁਹਾਡੇ ਤੋਂ ਤੇ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਕਿ ਤੁਹਾਨੂੰ ਤੇ ਬੜਾ ਉਹ ਉਸ ਤੁਹਾਡੇ ਦਰੂਤਬੇ ਨੂੰ ਨਹੀਂ ਉਹ ਲਲਕਾਰ ਰਿਹਾ ਹੈਗਾ ਗੁਰੂ ਮਹਾਰਾਜ ਤੋਂ ਇਸ ਰੂਪ ਵਿੱਚ ਉਹ ਬਿਆਨ ਕੀਤਾ ਜਾਂਦਾ ਹੈ। ਇਤਨਾ ਅਹਿਸਾਸ ਹੀ ਨਹੀਂ ਕਿ ਗੁਰੂ ਮਹਾਰਾਜ ਜਿਵੇਂ ਅਸੀਂ ਹਮਦ ਤੇ ਨਾਲ ਵਿਚਾਰਾਂਗੇ ਵੀ ਅਕਾਲ ਨਹੀਂ ਡਰਦਾ ਸ਼ਹਿਨशाह ਕੀ ਸ਼ਾਨ ਸੇ ਹੋਣ ਗਿਆ ਸ਼ਹਿਨशाह ਦੀਆਂ ਸ਼ਾਨਾਂ ਪਰ ਜਿੱਥੇ ਅਕਾਲ ਪ੍ਰਸਤ ਕੀ ਹੈ ਉਹਦੇ ਲਈ ਚੀਜ਼ਾਂ ਬਹੁਤੇ ਮਾਇਨੇ ਨਹੀਂ ਰੱਖਦੀਆਂ ਜੇ ਆਪਾਂ ਤਵਾਰਿਖੀ ਰੰਗ ਵਿੱਚ ਸਾਡੇ ਕੋਲ ਬਾਣੀ ਹੈ ਗगन ਦਾ ਮਾਮਾ ਬਾਜੀ ਉੱਪਰੇ ਨਿਸ਼ਾਨੇ ਕਾਓ ਅਨ ਲਹੋ ਤੁਈ ਬਾਤ ਥਿਰੁੰਦੀ ਨਾ ਬਾਰੇ ਮੁਰਦੇ ਜਾਣ ਪੈ ਜਾਂਦੀ ਜਦੋਂ ਇਹ ਸ਼ਬਦ ਅਸੀਂ ਪੜਦੇ ਇਹ ਬਚਨ ਬਾਬਾ ਕਬੀਰ ਜੀ ਦਾ ਹੈ ਤੇ ਬਾਬਾ ਕਬੀਰ ਉਹ ਸ੍ਰੀਖੀ ਰੂਹ ਹੈ ਜਿਸ ਨੂੰ ਪਕੜਿਆ ਗਿਆ ਤੇ ਹਾਕਮ ਦੇ ਸਾਹਮਣੇ ਪੇਸ਼ ਕੀਤਾ ਭਗਤ ਮਾਲ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਜਦੋਂ ਹਾਕਮ ਨੇ ਪੇਸ਼ ਕਰਵਾਇਆ ਆਪਣੀ ਕਚਹਿਰੀ ਦੇ ਚ ਭਗਤ ਕਬੀਰ ਜੀ ਨੂੰ ਤੋਨਾ ਕਿਹਾ ਗਰੀਬ ਜੁਲਾਹਾ ਆ ਤੇ ਗੁਰਬਤ ਦਾ ਮਾਰਿਆ ਹੋਇਆ ਕਿਰਤੀ ਜਿਹਨੂੰ ਕੰਮੀ ਕਿਹਾ ਜਾਂਦਾ ਉੱਥੇ ਹਾਲਾਂਕਿ ਵਰਡ ਬੜਾ ਨੈਗੇਟਿਵ ਪ੍ਰੈਜ਼ੈਂਟ ਕੀਤਾ ਨਾ ਨੈਗੇਟਿਵ ਕਹਾੜਾ ਡਾ ਬੰਦਾ ਕੰਮ ਕਰਦਾ ਉਸ ਤੋਂ ਵੱਡਾ ਤਾਂ ਬੰਦਾ ਹੀ ਕੋਈ ਨਹੀਂਗਾ ਕੰਮ ਕਰਨ ਵਾਲਾ ਤੇ ਕੰਟਰੀਬਿਊਟਰ ਹੈ ਆ ਉਹ ਕੰਜ਼ਿਊਮਰ ਨਹੀਂ ਹੈਗਾ ਉਹ ਭੋਗੀ ਨਹੀਂ ਹੈਗਾ ਉਹ ਤੇ ਬੈਟਰੇ ਆ ਬਲਕਿ ਕਾਇਨਾਤ ਦੇ ਸਿਸਟਮ ਦੇ ਵਿੱਚ ਉਹ ਤੇ ਹੁਕਮ ਦਾ ਪਾਲਕ ਆ ਪਰ ਅਨਫੋਰਚਨਟਲੀ ਸਾਡੀ ਇਹ ਇੱਕ ਸੋਚ ਕਿ ਜਿਹੜਾ ਬੰਦਾ ਆ ਕੰਜ਼ੂਮ ਵੱਧ ਕਰ ਰਿਹਾ ਹੈ ਉਹ ਤੇ ਜੋ ਕਿਆ ਉਹ ਤੇ ਐਕਚੁਅਲ ਲੈਵਲ ਤੇ ਕਿਹਾ ਜਾਏ ਤੇ ਉਹ ਜਿਹੜਾ ਹੈਗਾ ਇੱਕ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਤੇ علامه ਤੇ ਪਰ ਹੁੰਦਾ ਹੈ ਕਿ ਰਾਜਾ ਸ਼ਾਹੀਜ ਇਸ ਕਿਸਮ ਦੇ ਨਾਲ ਨਹੀਂ ਮੰਨਦੀ ਉਹ ਕਹਿੰਦੀ ਵੀ ਨਹੀਂ ਨਹੀਂ ਤੇ ਇਹ ਬਿਰਤੀਆਂ ਫਿਰ ਉਹ ਬੇਨਤੀ ਕਰੇ ਬਿਰਤੀਆਂ ਸਾਰੇ ਦੇ ਸਾਰੇ ਖੈਰ ਬਾਬਾ ਕਬੀਰ ਜੀ ਨੂੰ ਪੇਸ਼ ਕੀਤਾ ਗਿਆ ਤੇ ਉਹ ਪੇਸ਼ ਹੋਏ ਤੇ ਉਹਨੇ ਕਿਹਾ ਵੀ ਡਰਿਆ ਹੋਇਆ ਗੁਰਬੱਧ ਦਾ ਮਾਰਿਆ ਹੋਇਆ ਇੱਕ ਚੁਲਾ ਮੇਰੇ ਸਾਹਮਣੇ ਪੇਸ਼ ਹੋਏਗਾ ਕੰਬੇਗਾ ਰੋਏਗਾ ਵਰਲਾਇਬ ਕਰੇਗਾ ਐਸਾ ਤਾਂ ਕੁਝ ਵੀ ਨਹੀਂ ਹੋਇਆ ਬਾਬਾ ਕਬੀਰ ਜੀ ਸਿਪਾਈਆਂ ਨੇ ਪਕੜ ਕੇ ਲੈ ਅੰਦਾ ਕਚਾਰੇ ਚ ਖੜ ਗਏ ਆਖੇ ਬਿਲਕੁਲ ਦੇ ਪਰਵਾ ਕੋਈ ਡਰ ਖੋਫ ਕਿਸੇ ਕਿਸਮ ਦਾ ਭੈ ਹੈ ਨਹੀਂ ਹਾਕਮ ਨੂੰ ਮਹਿਸੂਸ ਹੋਇਆ ਵੀ ਇਹ ਤਾਂ ਪਗਲਿਆ ਜਾਂ ਜਾਂ ਫਿਰ ਦਾ ਦਿਮਾਗ ਨਹੀਂ ਤਵਾਜਨ ਨਹੀਂ ਠੀਕ ਹੈਗਾ ਭਵੇਂ ਕਿਵੇਂ ਹੋ ਸਕਦਾ ਹੈ ਹਾਕਮ ਦੇ ਸਾਹਮਣੇ ਆ ਕੇ ਤੇ ਬੰਦੇ ਨੂੰ ਪੈ ਲਿਕੜੀਆਂ ਲੈਣੀਆਂ ਚਾਹੀਦੀਆਂ ਨੇ ਇਹੀ ਉਹਨਾਂ ਨੂੰ ਪਹਾੜੀਆਂ ਨੂੰ ਵਜ਼ੀਰ ਖਾਨ ਨੂੰ ਦਿਲਾਵਰ ਖਾਨ ਨੂੰ ਜਬਰਦਸਤ ਖਾਨ ਨੂੰ ਔਰੰਗਜ਼ੇਬ ਨੂੰ ਇਹੀ ਚੀਜ਼ਾਂ ਨਹੀਂ ਪਸੰਦ ਆਉਂਦੀਆਂ ਉਹ ਕਹਿੰਦੇ ਆਦ ਹੋ ਗਈ ਇਹ ਕਿਉਂ ਨਹੀਂ ਕੰਬਦੇ ਕਿਉਂ ਨਹੀਂ ਡਰਦੇ ਤੋ ਕੰਬਣਾ ਡਰਨਾ ਤੇ ਦੂਰ ਦੀ ਗੱਲ ਰਹੀ ਉਹ ਤੇ ਨਗਾਰੇ ਵਜਾਉਂਦੇ ਨੇ ਉਹ ਤੇ ਕਹਿੰਦੇ ਨੇ ਵੀ ਮਤਲਬ ਮੈਦਾਨ ਵਿੱਚ ਪਤਾ ਲੱਗੇਗਾ ਤੂੰ ਸੂਰਮਾ ਹੈ ਕਿ ਨਹੀਂ ਸੂਰਮਾ ਇਹਦਾ ਪਤਾ ਤੇ ਅਸੀਂ ਮਤਲਬ ਇਸ ਜੰਗੀ ਮਸ਼ਕਾਂ 'ਚ ਕਰਦੇ ਆਂਗੇ ਹੁਣੇ ਉਹ ਇਹ ਚੀਜ਼ ਉਹ ਦੀ ਉਹ ਸੁਣਨ ਦਾ ਆਦੀ ਨਹੀਂ ਉਹ ਕਹਿੰਦਾ ਨਹੀਂ ਨਹੀਂ ਐਵੇਂ ਨਹੀਂ ਮੇਰੇ ਸਾਹਮਣੇ ਤੇ ਬਿਲਕੁਲ ਮੂੰਹ ਚ ਘਾ ਪਾ ਕੇ ਤੇ ਹੱਥ ਜੋੜ ਕੇ ਤੇ ਸਿਰਫ ਤਰਲੇ ਮਿੰਤਾ ਕੀਤੀਆਂ ਜਾਂ ਜਾਣ ਇਹ ਚੀਜ਼ ਉਹ ਦੀ ਆਦਤਾਨਾ ਰੂਪ ਬਣੀ ਹੈ ਇੱਥੇ ਫਿਰ ਇਹ ਸਾਰ ਇਹ ਹੈ ਟਰਾਂਸਫਰਮੇਸ਼ਨ ਜਿਹੜੀ ਉਸ ਧਰਤੀ ਦੀ ਤਬਦੀਲ ਹੋ ਗਈ ਹੈ ਇੱਥੇ ਬੁਜਦਲੀ ਇਹਨਾਂ ਦਾ ਹੁਣ ਉਹ ਕਹਿੰਦੇ ਬੁਜਦਲੀ ਬੰਦੇ ਦੀ ਇਸ ਮਨੁੱਖ ਚੋਂ ਤੋ ਬੁਜਦਲੀ ਨਹੀਂ ਲੱਭੇਗਾ ਨਾ ਇਹ ਤੇ ਜੇ ਅਸੀਂ ਵਚਨ ਪੜਦੇ ਆ ਨਾ ਵੈ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਇਕਹਿਲਾ ਹੁਣ ਤੁਸੀਂ ਮਰਦ ਅਗੰਬੜਾ ਵਰੀਆਮ ਇਹ ਲਫ਼ਜ਼ ਕੀ ਨੇ ਇਹ ਲਫ਼ਜ਼ ਹੀ ਐਸੇ ਐਡਜੈਕਟਿਵ ਨੇ ਜਿਦੇ ਚ ਮਨੁੱਖਤਾ ਦਾ ਸੂਰਮਤਾ ਦੀ ਇੰਤਹਾ ਦਾ ਰੰਗ ਆ ਜਿਹੜਾ ਹੈ ਹੀ ਵਰੀਆਮ ਜਿਸ ਨੇ ਮੌਤ ਨੂੰ ਹੀ ਵਰਿਆ ਆ ਉਸ ਨੂੰ ਕੀ ਡਰਾਓਗੇ ਤੁਸੀਂ ਉਸ ਰੂਪ ਦੇ ਵਿੱਚ ਖੈਰ ਜਿਹੜੀ ਬੇਨਤੀ ਕਰਨ ਲੱਗਾ ਮੈਂ ਹਾਕਮ ਇਹ ਸੋਚਦਾ ਕਿ ਲਾਏ ਤੇ ਜਲਾਇਆ ਦਰਿਆ ਹੋਇਆ ਕੰਬਿਆ ਹੋਇਆ ਮੇਰੇ ਸਾਹਮਣੇ ਪੇਸ਼ ਆਇਆ। ਪਾਪਾ ਕਬੀਰ ਬੇਪਰਵਾਹ ਬਿਲਕੁਲ। ਹਾਕਮ ਗੁੱਸੇ ਜਾ ਕੇ ਕਹਿੰਦਾ ਕਬੀਰ ਤੈਨੂੰ ਸੱਦਿਆ ਤੇ ਇੱਕ ਗੁਨਾਹ ਵਾਸਤੇ ਸੀ। ਪਰ ਗੁਨਾਹ ਦੋ ਹੋ ਗਏ। ਗੁਨਾਹ ਕੀ ਸੀ ਗੁਨਾਹ ਤੇਰਾ ਇਹ ਸੀਗਾ ਕਿ ਰਾਜ ਹੈ ਅੱਲਾ ਵਾਲਿਆਂ ਦਾ ਤੇ ਤੂੰ ਤੂੰ ਰਾਮ ਰਾਮ ਕਰਦਾ। ਇਹ ਕੰਮ ਨਹੀਂ ਠੀਕ ਹੋਣਾ। ਇਹੀ ਰਿਹਾ। ਇਹ ਬੰਦੇ ਦੀ ਸੋਚ ਦਾ ਮਤਲਬ ਕਹਿ ਲਓ ਕਿ ਜਿਹਨੂੰ ਅਸੀਂ ਬਿਲਕੁਲ ਸਰਲ ਭਾਸ਼ਾ ਚ ਕਿਹਾ ਵੀ ਜਲੂਸ ਨਿਕਲਿਆ ਆ। ਬੰਦਾ ਬੰਦਾ ਐਸੇ ਚੱਕਰ ਚ ਹੀ ਐ। ਇਹ ਤੇ ਕਿਤੇ ਗੁਰਬਾਣੀ ਵਰਗੀ ਰਚਨਾ ਕਿਤੇ ਅੰਦਰ ਬੰਦੇ ਦੇ ਸਫੁੱਟਤ ਹੋਏ ਤੇ ਪਤਾ ਲੱਗੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਇ ਕਿਹੜੇ ਚੱਕਰਾਂ ਚ ਵੈ ਬੰਦੇ। ਮਨੁੱਖ ਵੱਡਾ ਉਸ ਖੁਦਾਈ ਹਸਤੀ ਦੇ ਕਿਸੇ ਨਾਵਾਂ ਦੇ ਅਦਲ ਬਦਲ ਵਿੱਚ ਨਹੀਂ ਹੁੰਦਾ ਇਹ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਮਨੁੱਖ ਤੇ ਵੱਡਾ ਅਮਲ ਵਿੱਚ ਹੋਏਗਾ ਅਮਲ ਦਰਿਆਫਤਿਆ ਰੱਬ ਕਹਿ ਲੈ ਖੁਦਾ ਕਹਿ ਲੈ ਰਾਮ ਕਹਿ ਲੈ ਪਰ ਜੇ ਉਹਦਾ ਨਿਰਮਲ ਪੈ ਹੀ ਹਿਰਦੇ 'ਚ ਨਹੀਂ ਆਏਗਾ ਜਿੱਥੇ ਚੋਰੀ ਚਕਾਰੀ ਮਕਾਰੀ ਝੂਠ ਫਰੇਬ ਗੁਨਾਹ ਇਹ ਬੰਦਾ ਅੰਦਰ ਮਨ ਦੀ ਦੁਨੀਆ 'ਚ ਸਾਰੇ ਇਕੱਠੇ ਕਰਕੇ ਤੁਰਿਆ ਫਿਰਦਾ ਤੇ ਉਹਦੀ ਰਿਫਲੈਕਸ਼ਨ ਵਿੱਚ ਅਮਲ ਨਿਕਲਦੇ ਨੇ ਉਹ ਰੱਬ ਕਹਿ ਲਿਓ ਗੋਡ ਕਹਿ ਲਿਓ ਅੱਲਾ ਕਹਿ ਲੇ ਰਾਮ ਕਹਿ ਲੇ ਕੀ ਫਰਕ ਪਏਗਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਉਹਦੇ ਨਾਲ ਇਹ ਜੇ ਸਹੀ ਰੂਪ ਚ ਕਿਹਾ ਜਾਏ ਅਨਫੋਰਚੂਨੇਟਲੀ ਜਿਨੂੰ ਕਹਣਾ ਇਨਸਾਫ ਕਰੇ ਜੀ ਸੇ ਜ਼ਮਾਨਾ ਤਾਂ ਯਕੀਨ ਹੈ ਕਹਦੇ ਗੁਰੂ ਗੋਬਿੰਦ ਤੇਰਾ ਸਾਨੀ ਨਹੀਂ ਹੈ ਬਾਇਸ ਸੋਚ ਚ ਰਹਿਣ ਵਾਲੇ ਲੋਕਾਂ ਨੂੰ ਕੀ ਪਤਾ ਵੀ ਇਹ ਮਹਾਰਾਜ ਨੇ ਕੀ ਜੀਵਨ ਿਆਪਨ ਜੀ ਆਇਆ ਅਜੇ ਤੇ ਸਾਨੂੰ ਹੀ ਨਹੀਂ ਪਤਾ ਆਪਣੇ ਘਰਾਂ ਦੇ ਚ ਕਿ ਗੁਰੂ ਮਹਾਰਾਜ ਦੀ ਏ ਸਾਰੇ ਦੀ ਸਾਰੀ ਸਟਰਗਲ ਕੀਤੀ ਸੀਗੀ ਸਾਨੂੰ ਹੀ ਨਹੀਂ ਪਤਾ ਕਿ ਇਹ ਮਹਾਰਾਜ ਜੀ ਨੇ ਇਨ ਮਤਲਬ ਕਿਨੂੰ ਆਪਣਾ ਘਰ ਚੰਗਾ ਨਹੀਂ ਲੱਗਦਾ ਕਿਨੂੰ ਆਪਣਾ ਨਗਰ ਚੰਗਾ ਨਹੀਂ ਲੱਗਦਾ ਕਿਨੂੰ ਆਪਣਾ ਪਰਿਵਾਰ ਚੰਗਾ ਨਹੀਂ ਲੱਗਦਾ ਜਵਾਨ ਹੁੰਦੇ ਬੱਚੇ ਕਿਨੂੰ ਚੰਗੇ ਨਹੀਂ ਲੱਗਦੇ ਵਡੇਰੀ ਮਾਂ ਉਹ ਹੀ ਮਾਤਾ ਗੁਜਰੀ ਵਰਗੀ ਉਹਦੇ ਆਗੋਸ਼ 'ਚ ਬੈਠ ਕੇ ਕਿਸ ਨੂੰ ਜਿਹੜਾ ਹੈਗਾ ਸਿਆਲੀ ਨਿਗ ਮੰਨਣ ਦਾ ਸ਼ੌਂਕ ਨਾ ਹੋਏਗਾ ਕੌਣ ਕੌਣ ਨਹੀਂ ਚਾਹੇਗਾ ਪਰੇ ਐਸੀ ਹਸਤੀ ਜਿਹੜਾ ਸਭ ਕਾਸੇ ਤੋਂ ਬੇ ਮਤਲਬ ਉਹ ਸਿਰ ਬੇਪਰਵਾਹ ਹੋ ਕੇ ਤੇ ਏਡੀ ਮਤਲਬ ਅਵਘਟ ਘਾਟੀ ਰਾਮ ਕੀ ਤਹਿ ਚੜ ਰਿਹਾ ਉਹ ਕਬੀਰ ਲੇਖ ਔਖੀ ਘਾਟੀ ਚੜ ਰਿਹਾ ਉਹ ਪਥਰੀਲੇ ਰਾਹਾਂ ਦੇ ਉੱਤੇ ਤੁਰ ਰਿਹਾ ਉਹ ਸਾਰੇ ਤਾਂ ਹੀ ਕਰ ਰਿਹਾ ਨਾ ਕਿਉਂਕਿ ਉਹਨੂੰ ਉਹ ਮਨੁੱਖ ਨੂੰ ਦੱਸਣਾ ਚਾਹੁੰਦਾ ਹੈ ਮਨੁੱਖ ਤੂਰੇ ਤੇਰੇ ਵਿੱਚੋਂ ਮਨੁੱਖਤਾ ਮਰ ਜੇਗੀ ਜੇ ਤੂੰ ਐਵੇਂ ਸੋਚੇਗਾ ਕਿ ਓਕੇ ਆ ਲਫ਼ਜ਼ ਵੱਡਾ ਆ ਆ ਲਫ਼ਜ਼ ਛੋਟਾ ਆ ਅੱਲਾ ਕਿਆਂ ਜਿਆਦਾ ਹੋ ਜਾਂਦਾ ਰਾਮ ਕਿਆਂ ਘੱਟ ਹੋ ਜਾਂਦਾ ਉਹ ਕਹਿੰਦੇ ਕਿਹੜੇ ਚੱਕਰਾਂ 'ਚ ਪਿਆ ਮਨੁੱਖ ਦੀ ਕਿਰਦਾਰੀਅਤ ਜਿਹੜੀ ਐ ਅੱਜ ਉਹ ਦਿਨ ਆ ਜਦੋਂ ਸਰਸਾ ਦੇ ਕਿਨਾਰੇ ਤੋਂ ਰਾਤ ਨੂੰ ਬਾਤ ਵਿਸਥਾਰ ਚ ਕਰਾਂਗੇ ਸ਼ਾਹੀ ਟਿਬੀ ਤੋਂ ਸਰਸਾ ਦਰਿਆ ਤੇ ਸਰਸਾ ਦਰਿਆ ਤੋਂ ਮਹਾਰਾਜ ਰੋਪੜ ਵਾਲੇ ਪਾਸੇ ਨੂੰ ਤੁਰਦੇ ਨੇ ਕੋਟਲਾ ਨਿਹੰਗ ਖਾਂ ਅੱਜ ਦਿਨੇ ਮਹਾਰਾਜ ਨੂੰ ਉੱਥੇ ਪਹੁੰਚਣਾ ਹੈ ਅੱਜ ਉਹ ਦਿਨ ਆ ਜਿਸ ਦਿਨ ਮਹਾਰਾਜ ਨੇ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਦੇ ਘਰ ਛੱਡਣਾ ਆ ਅੱਜ ਉਹ ਦਿਨ ਆ ਜਿੱਥੇ ਮਹਾਰਾਜ ਨੂੰ ਕੋਟਲਾ ਕੋਟਲੇ ਵਿਖੇ ਨਿਹੰਗ ਖਾਨ ਨੇ ਕਹਿਣਾ ਮਹਾਰਾਜ ਠਹਿਰੋ ਮਹਾਰਾਜ ਕਿੰਦੇ ਨਹੀਂ ਲੇ ਮੇਰਾ ਸਫ਼ਰ ਹੈ ਸਾਡਾ ਆਪਣੇ ਮੁੰਡੇ ਆਲਮ ਖਾਨ ਉਹਨੇ ਫਿਰ ਗੁਰੂ ਸਾਹਿਬ ਦੇ ਨਾਲ ਤੋਰਨਾ ਆ ਅੱਜ ਉਹ ਦਿਨ ਇਹ ਆਲਮ ਖਾਨ ਹੋਈ ਹੈ ਜਿਹੜਾ ਰਾਏ ਕੱਲਾਂ ਦਾ ਦਾਮਾਦ ਆ ਹਲਤ ਰਾਤ ਨੂੰ ਡਿਟੇਲ ਚ ਬਾਤ ਪਾਵਾਂਗੇ ਫਿਰ ਅਜੋ ਦਿਨ ਆ ਜਦਨ ਲੋ ਫੁੱਟਣੀ ਐ ਤੇ ਦੋ ਛੋਟੇ ਛੋਟੇ ਕਮਸਿਨ ਉਹ ਗੁੰਛੇ ਜਿਨ੍ਹਾਂ ਨੇ ਜੇ ਖਿੜਨਾ ਆ ਸਾਹਿਬ ਜادہ ਜੋਰਾਵਰ ਸਿੰਘ ਫਤੇਹ ਸਿੰਘ ਤੇ ਮਾਤਾ ਗੁਜਰਕੌਰ ਦੇ ਆਂਚਲ ਦੇ ਵਿੱਚ ਉਹ ਕੁੰਬੇ ਮਾਸ਼ਕੀ ਦੀ ਚੌਪੜੀ 'ਚ ਬੈਠੇ ਹੋਣਗੇ ਦਣੇ ਚੜੇਗਾ ਸਰਸਾ ਦੇ ਕਿਨਾਰੇ ਦੇ ਉੱਤੇ ਕਿਤੇ ਸ਼ਸਤਰ ਪਏ ਹੋਣਗੇ ਕਿਤੇ ਕੁਝ ਸਿੱਖਾਂ ਦੀਆਂ ਸ਼ਹਾਦਤ ਪਾਈਆਂ ਹੋਈਆਂ ਮਡੋਲੀਆਂ ਲਾਸ਼ਾਂ ਪਈਆਂ ਹੋਣਗੀਆਂ ਤੇ ਬਹੁਤਾ ਸਿੱਖਾਂ ਦਾ ਜਿਹੜਾ ਰੂਪ ਆ ਉਹ ਸਰਸਾ ਦੀ ਪੇਟ ਚੜ ਚੁੱਕਿਆ ਹੋਏਗਾ ਉਹ ਸਾਰੇ ਨੂੰ ਮਨਜ਼ਰ ਕਰਨਗੇ ਆਪਣੀ ਅੱਖਾਂ ਵਿੱਚ ਅੱਜ ਉਹ ਦਿਨ ਚੜ ਰਿਹਾ ਹੈ ਅੱਜ ਉਹ ਬਾਬੇ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਉਹ ਰੂਪ ਚ ਉਹਨਾਂ ਨੇ ਬੈਠਣਾ ਹੈ ਅੱਜੋ ਜਿਹਨੂੰ ਹਕੀਮ ਅੱਲਾ ਯਾਰ ਖਾਂ ਜੋਗੀ ਨਾ ਕਹਿੰਦਾ ਨਾ ਪਿਆਜੋ ਬੱਚੇ ਜਦੋਂ ਦਿਨ ਚੜੇਗਾ ਤਾਂ ਅੱਖਾਂ ਖੋਲਣਗੇ ਕਿੱਲੇ ਬਸਤਰ ਨੇ ਉਹਨਾਂ ਦੇ ਸ਼ੀਤ ਠੰਡ ਦੇ ਵਿੱਚ ਉਸ ਗਰੀਬ ਚੌਂਪੜੀ ਤੇ ਉਸ ਗਰੀਬ ਦੀ ਚੌਂਪੜੀ 'ਚ ਬੈਠੇ ਹੋਏ ਤੇ ਉਹ ਮਾਂ ਨੂੰ ਕਹਿਣਗੇ ਪੀ ਦਰਿਆ ਪੇ ਹਮੇਂ ਛੋੜ ਕੇ ਰਾਹੀ ਕਿਧਰ ਗਏ ਅਸੀਂ ਤੇ ਵੱਡੇ ਬੜਾ ਵੱਡਾ ਕਾਫਲਾ ਸੀ ਸਾਡਾ ਮਾਂ ਉਹ ਸਾਡੇ ਉਹ ਸਾਰੇ ਕਿਧਰ ਗਏ ਨੇ ਉਹ जेडे सजना तुरे तो सी काफिला किधर अब्बा बघा के लश्कर शाही किधर गए अब्बा का शाही लश्कर है पिता जी कि ने फिर साहबजा जोरावर सिंह कहे उ भाई भी हमें भूल गए शौके जंग में नो no डाउट जंग हो रहा है लोहा खड़क रहा राण ਪਰ ਇੰਨਾ ਵੀ ਕੀ ਸ਼ੌਂਕ ਹੈ ਇੰਨਾ ਵੀ ਕੀ ਜੰਗ ਦਾ ਚਾਹ ਵੀਰਾਂ ਨੂੰ ਕਿ ਵੀਰਾਂ ਨੂੰ ਸਾਡਾ ਖਿਆਲ ਹੀ ਨਹੀਂ ਆਇਆ ਜਿਹੜੇ ਵੀਰ ਇੱਕ ਇੱਕ ਪਲ ਸਾਡੇ ਨਾਲ ਪਿਆਰ ਨਾਲ ਰਹਿੰਦੇ ਸੀਗੇ ਸਨੇਹ ਨਾਲ ਰਹਿੰਦੇ ਸੀਗੇ ਉਹ ਵੀਰ ਸਾਨੂੰ ਦੇਖੋ ਕਿਵੇਂ ਭੁਲਾ ਗਏ ਇੱਥੇ ਕਹਿੰਦੇ ਵੀ ਆਹ ਭਾਈ ਵੀ ਹਮੇਂ ਭੁੱਲ ਗਏ ਸ਼ੌਕੇ ਜੰਗ ਮੇਂ ਆਪਣਾ ਖਿਆਲ ਤੱਕ ਨਹੀਂ ਆਇਆ ਜ਼ੋਕੇ ਤੂਫੰਗ ਮੇਂ ਜਿਹੜਾ ਇਸ ਤਰੀਕੇ ਦੇ ਨਾਲ ਜਿਹਨੂੰ ਕਹਿ ਲਓ ਕਿ ਪੂਰਾ ਦਾ ਪੂਰਾ ਵੰਡਰ ਬਣਿਆ ਸਾਰਾ ਵੀ ਹੋਇਆ નો ਡਾਊਟ ਮੌਕਾ ਬਣਿਆ ਹਥਿਆਰ ਸ਼ਸਤਰ ਚਲਾਉਣ ਦਾ ਘੋੜੇ ਦੜਾਉਣ ਦਾ ਸਭ ਜੋ ਕਿ ਤਫੰਗ ਆ ਪਰ ਐਵੇਂ ਥੋੜਾ ਚਾਹੀਦਾ ਆ ਛੋਟੇ ਵੀਰਾਂ ਉਹਨਾਂ ਦੇ ਸੀ ਤੁਸੀਂ ਦਾਦੀ ਮਾ ਉਹਨਾਂ ਦੇ ਐਵੇਂ ਐਵੇਂ ਕਿਉਂ ਐਵੇਂ ਕਿਉਂ ਛੱਡ ਗਏ ਉਹ ਸਾਨੂੰ ਇਹੋ ਸਾਰੀ ਵਾਰਤਾ ਜਿਹੜੀ ਹੈ ਅੱਜ ਹੋ ਰਹੀ ਹੈ ਕੁੰਮੇमाश ਕੀ ਦੀ ਦਿਨ ਛੱਡਦੀ ਇਸ ਚੌਪੜੀ ਦੇ ਵਿੱਚ ਖੈਰ ਜਿਹੜੀ ਬਿੰਤੀ ਕਰ ਰਹੇ ਮੋਟੇਮ ਫਿਸਾਈਜ਼ ਕਰਾਂ ਉੱਚ ਬਾਤ ਹੋਈ ਕੇ <coughs> बाबा कबीर हाकिम दी गज़हरी ਦੇ ਵਿੱਚ ਹਾਕਮ ਕਹਿ ਰਿਹਾ ਵੀ ਰਾਜ ਤੇ ਅੱਲਾ ਵਾਲਿਆਂ ਦਾ ਤੇ ਤੂੰ ਰਾਮ ਰਾਮ ਕਰਦਾ ਅੱਜ ਦਾ ਸਾਡਾ دانشਮੰਦ ਅਰਬਿੰਦਰ ਸਿੰਘ ਮਸਰੂਰ ਦਿਲ ਪੀੜ ਤੋਂ ਛੁਪਾ ਕੇ ਦਿਲ ਪੀੜ ਤੋਂ ਬਚਾ ਕੇ ਨੈਣੀ ਛੁਪਾ ਕੇ ਪਾਣੀ ਗੁਜਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ ਉਹ ਕਲਮ ਉਹ ਕਲਮ ਸਾਜ ਜਿਹੜਾ ਉਹ ਕਿਤਾਬ ਲਿਖਦਾ ਤੁਰਨਾ ਮੁਹਾਲ ਹੈ ਤੂੰ ਕਹਿੰਦਾ ਵੀ ਆ ਰਾਮ ਰਾਜ ਦੇ ਵਿੱਚ ਅੱਲਾ ਦਾ ਮਕਾਨ ਹੋ ਨਹੀਂ ਸਕਦਾ ਆ ਜੋ ਕੁਝ ਪਿੱਛੇ ਵਾਪਰਿਆ ਸਾਡੇ ਸਾਊਥ ਏਸ਼ੀਆ ਖਿੱਤੇ ਦੇ ਵਿੱਚ ਉਹਦੀ ਬਾਤ ਲਿਖੀ ਹੁੰਦੀ ਹੈ ਕਹਿੰਦਾ ਜਦੋਂ ਰਾਜ ਰਾਮ ਰਾਜ ਵਾਲਿਆਂ ਦਾ ਆ ਗਿਆ ਤੂੰ ਕਹਿੰਦੇ ਨਹੀਂ ਨਹੀਂ ਬਾਕੀ ਜੋ ਮਰਜ਼ੀ ਹੋ ਜੇ ਪਰ ਅੱਲਾ ਦਾ ਮਕਾਨ ਨਹੀਂ ਰਹਿਣ ਦੇਣਾ ਇੱਥੇ ਸੇ मतलब ਇਹ ਮਨੁੱਖ ਦੀ ਸਭ ਤੋਂ ਮਾੜੀ ਦਸ਼ਾ ਆ ਜਦੋਂ ਮਨੁੱਖ ਇਹ ਨਹੀਂ ਸੋਚ ਪਾਰਿਆ ਵੀ ਮੇਰੀ ਮੇਰੀ ਜੌਬ ਕੀ ਹੈ ਮੇਰਾ ਕੰਮ ਕੀ ਹੈ ਜਿੰਨੇ ਸਪੋਜ਼ ਕਰੋ ਕਿਸੇ ਰਾਜਸੀ ਨਿਜ਼ਾਮ ਨਿਜ਼ਾਮਤ ਵਾਸਤੇ ਬਿਠਾਇਆ ਆ ਅੱਜ ਸਾਰਾ ਦਿਨ ਤੁਰਨਾ ਸਾਹਿਬ ਜੀ ਨੇ ਤੇ ਅੱਜ ਰਾਤ ਤੀ ਆਲਮੋਸਟ ਜਿਹੜਾ ਹੈ ਕੱਚੀ ਚਮਕੌਰ ਪਹੁੰਚ ਜਾਣਾ ਉਹਦੇ ਕੱਲ੍ਹ ਉਹ ਸਾਵਾ ਜੰਗ ਸ਼ੁਰੂ ਹੋਏਗਾ ਜਿਹਦੇ ਚ 10 ਲੱਖ ਤੇ 40 ਦਾ ਮੁਕਾਬਲਾ ਹੈ ਉਹਦੇ ਚ ਬੜੇ ਅੱਗੇ ਹੋ ਕੇ ਵੱਧ ਕੇ ਲੜਨ ਵਾਲਿਆਂ ਦੇ ਚ ਜਿਹੜਾ ਮਲੇਰਕੋਟਲੀ ਆਉਣਗੇ ਸਾਰੇ ਉਹ ਸਾਡੇ ਸੱਜਣ ਨਹੀਂ ਸੀਗੇ નો ਡਾਊਟ ਗੁਰੂ ਸਾਹਿਬ ਦੇ ਖਿਲਾਫ ਗੁਰੂ ਸਾਹਿਬ ਨੂੰ ਤੇ ਉਹ ਜਿਉਂਦਿਆਂ ਪੜਨਾ ਚਾਹੁੰਦੇ ਸੀ ਨਾਹਰ ਖਾਨ ਜਿਹੜਾ ਖਵਾਜਾ ਖਿਜ਼ਰ ਇਹਦੇ ਸ਼ੇਰ ਮੁਹੰਮਦ ਖਾਨ ਦੇ ਭਰਾ ਨੇ ਸਾਰੇ ਸਵੇ ਕੱਲ ਨੂੰ ਉੱਥੇ ਆਉਣ ਦਾ ਸਰੂਪ ਤੇ ਵਿੱਚ ਪਰ ਫਿਰ ਵੀ ਦੇਖੋ ਨਾ ਦੇਖੋ ਇੱਕ ਨਵਾਬ ਦਾ ਅਹੁਦਾ ਹੈ ਉਹਦਾ ਤੇ ਉਸ ਨੂੰ ਲੜ ਰਿਹਾ ਮੈਦਾਨ ਸਭ ਚੀਜ਼ਾਂ ਹੋ ਰਹੀਆਂ ਨੇ ਪਰ ਕਿਤੇ ਥੋੜੀ ਜਿਹੀ ਚਿੰਗ ਹੈ ਅੰਦਰ ਵੀ ਮੈਂ ਨਵਾਬ ਆਂ ਰਾਜਾ ਆ ਮੇਰਾ ਕੋ ਫਰਜ ਆ ਮੈਨੂੰ ਝੂਠ ਸੱਚ ਦਿਸ ਰਿਹਾ ਕਿਤੇ ਥੋੜਾ ਬੋਤਾ ਉਹਨਾਂ ਕੋ ਤੇ ਕਹਿਣਾ ਚਾਹੀਦਾ ਨਾ ਮੈਨੂੰ ਬੰਦਾ ਇੰਨਾ ਹੀ ਫਰਜ਼ ਪਹਿਚਾਨ ਲੇ ਵੀ ਐਕਚੁਅਲੀ ਇਹ ਝੂਠ ਹੈ ਸੱਚ ਹੈ ਇੰਨਾ ਤੇ ਮੈਨੂੰ ਮੈਨੂੰ ਦਿਸਦਾ ਹੈ ਬਲੈਕ ਐਂਡ ਵਾਈਟ ਕਾਲਾ ਤੇ ਚਿੱਟਾ ਇਹ ਤੇ ਨਹੀਂ ਕਹਿਣਾ ਚਾਹੀਦਾ ਵੀ ਨਹੀਂ ਨਹੀਂ ਹਾਂ ਚਿੱਟੇ ਨੂੰ ਵੀ ਕਾਲਾ ਕਹਦੇ ਆਂ ਇੰਨਾ ਹੀ ਕੰਮ ਕੀਤਾ ਉਹਨੇ ਇਹੀ ਇਹੀ ਹਾ ਦਾ ਨਾਰਾ ਆ ਇੰਨਾ ਹੀ ਕੰਮ ਬੰਦਾ ਐਕਸਟਲੀਸ ਇੰਨੀ ਇੰਨਾ ਤੇ ਪਹਿਚਾਨੇ ਇੰਨੀ ਇੰਨੀ ਤੇ ਸੁਰਤ ਰੱਖੇ ਬੰਦੇ ਦੇ ਵਿੱਚ ਇੰਨਾ ਤੇ ਬੰਦਾ ਜ਼ਹਿਨੀ ਤੌਰ ਤੇ ਨਾਲ ਲੱਗ ਜਾਏ ਜਦੋਂ ਮਨੁੱਖਤਾ ਨੁਕਸਾਨ ਹੀ ਉਦੋਂ ਉਦੋਂ ਸਹੇਜਤੀ ਹੈ ਅਸੀਂ ਕਿੰਨਾ ਕਿੰਨਾ ਲਿਟਰੇਚਰ ਪੜਦੇ ਆ ਜਦੋਂ ਕਹਿੰਦੇ ਨੇ ਕਿ ਉਹ ਮਨਸੂਰ ਨੂੰ ਉਹ ਉਹਦਾ ਮਿੱਤਰ ਕਾਗਜ਼ 'ਚ ਬਿਲੇਟ ਕੇ ਫੁੱਲ ਮਾਰਦਾ ਪੱਥਰ ਵਜਰੇ ਨਾਲ ਉਸ ਨੂੰ ਉਹ ਸਾਰੇ ਪੱਥਰਾਂ ਨਾਲ ਲੀਰੋ ਲੀਰ ਹੋ ਰਿਹਾ ਤਨ ਉਹਦਾ ਉਹ ਬਿਲਕੁਲ ਮੁਸਕਰਾ ਰਿਹਾ ਉਹਨੂੰ ਕੋਈ ਉਹ ਜਦੋਂ ਆਹ ਕਾਗਜ਼ ਵਜਦਾ ਤਾ ਉਹਨੂੰ ਛੱਟ ਨਹੀਂ ਵੱਜਦੀ ਤੇ ਉਹ ਦੇਖਦਾ ਤੇ ਵੇਖ ਕੇ ਵਿੱਚ ਉਹਦਾ ਫੁੱਲ ਉਹ ਹੋ ਰੋਟ ਦਾ ਉਹ ਕਹਿੰਦਾ ਆ ਕੀ ਕਮਲਿਆ ਕੀਤਾ ਔਰ ਪੁੱਛਦਾ ਉਹਨੂੰ ਕਹਿੰਦਾ ਆ ਕੇ ਕਹਿੰਦਾ ਵੀ ਪਈ ਗੱਲ ਇਹ ਆ ਵੀ ਸਾਰੇ ਸੰਗਸਾਰ ਕਰ ਰਹੇ ਨੇ ਤੈਨੂੰ ਮੈਨੂੰ ਵੀ ਕਰਨਾ ਪਏਗਾ ਕਿ ਕੋਈ ਕਾਨੂੰਨ ਹੈ ਨਹੀਂ ਕਰਾਂਗਾ ਮੈਂ ਮੇਰੇ ਮੇਰੇ ਤੇ ਗੁਨਾਹ ਲੱਗਾ ਮੈਨੂੰ ਸੰਗਸਾਰ ਕਰਨ ગયો ਤੇ ਫਿਰ ਫਿਰ ਪੱਥਰ ਤੇ ਮਾਰ ਨਹੀਂ ਸਕਦਾ ਤੈਨੂੰ ਕਿਉਂਕਿ ਪੱਥਰ ਮਾਰਾਂਗਾ ਤੇ ਮੈਨੂੰ ਤਾਂ ਪਤਾ ਤੂੰ ਗਲਤ ਨਹੀਂਗਾ ਫਿਰ ਫਿਰ ਪੱਥਰ ਦੇ ਵਿੱਚ ਲੁਕੋ ਕੇ ਫੁੱਲ ਉਹ ਕਹਿੰਦਾ ਹੀ ਗੁਨਾਹ ਆ ਅਸਲ ਵਿੱਚ ਜਿਹੜੇ ਤੇਰੇ ਵਰਗੇ ਲੋਕ ਕਾਗਜ਼ ਦੇ ਵਿੱਚ ਫੁੱਲ ਬਲੇਟ ਕੇ ਮਾਰ ਰਹੇ ਨਾ ਜਿਹੜੇ ਜਿਨਾਂ ਨੂੰ ਪਤਾ ਆ ਗਲਤ ਹੋ ਰਿਹਾ ਉਹ ਨੇ ਨਾ ਕਹਿ ਪਾਰੇ ਗਲਤ ਆ ਇੱਥੇ ਇੱਥੇ ਗੜਬੜ ਹੁੰਦੀ ਸਾਰੀ ਅਸਲ ਵਿੱਚ ਖੈਰ ਜਿਹੜੀ ਬਾਤ ਕਰਨ ਲੰਗਾ ਸੀਗਾ ਬਾਣੀ ਦਾ ਮੁਹਾਜ ਹੈ ਨੂੰ ਤੁਸੀਂ ਇਹ ਰੌਸ਼ਨੀ ਐ ਸੁਦੀ ਸੁਦਾ ਹੀ ਪ੍ਰਕਾਸ਼ ਹੈ ਮੈਂ ਤਾਂ ਕਹਿਣਾ ਬੰਦਾ ਖਾਸ ਕਰਕੇ ਆ ਜਿਹੜਾ ਆ 8 10 ਦਿਨ ਨੇ ਨਾ ਪੂਰੀ ਇਨਰ ਕਲਿੰਜਿੰਗ ਹੋ ਜੇ ਬੰਦੇ ਦੀ ਸਾਰਾ ਕੂੜਾ ਕੜਕਰਣੀ ਲੈ ਜੇ ਬੰਦੇ ਦਾ ਜੇ ਕਿਤੇ ਇੰਨੇ ਦਿਨਾਂ ਜੀ ਬੰਦਾ ਵੇਖ ਲੈ ਵੀ ਓ ਮਾਈ ਗੁਡਨੈਸ ਕੀ ਮੇਰੇ ਗੁਰੂ ਬਾਬਾ ਜੀ ਨੇ ਤੇ ਉਹਨਾਂ ਦੇ ਟੱਬਰ ਨੇ ਉਹ ਪਰਿਵਾਰ ਨੇ ਕਿਆ ਕਾਰਜਸ਼ੀਲਤਾ ਕੀਤੀ ਹੈ ਸਾਰੇ ਦੀ ਸਾਰੇ। ਹਰ ਜਿਹੜੀ ਬੇਨਤੀ ਕਰ ਰਿਹਾ ਸੀਗਾ। ਹਾਕਮ ਕਹਿ ਰਿਹਾ ਕਹਿੰਦਾ ਵੀ ਯੂ نو ਰਾਜ ਅੱਲਾ ਵਾਲਿਆਂ ਦਾ ਤੇ ਤੂੰ ਰਾਮ ਰਾਮ ਕਰਦਾ ਤੂੰ ਗੁਨਾਹਗਾਰ ਹੈ। ਪਰ ਇੱਕ ਗੁਨਾਹ ਸੀ ਤੇਰਾ ਇਹ। ਹੁਣ ਹੋਗੇ ਦੋ। ਕੁਚਾਰੇ ਚ ਕਈ ਵਾਰੀ ਕੁਝ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਸੋਚਦੇ ਨੇ ਵੀ ਚਲੋ ਹੋਰ ਕੁਝ ਨਹੀਂ ਤੇ ਰਾਜੇ ਦੀ ਹਾਂਚ ਹਾਂ ਮਲਾ ਲਈ ਜਾਏ ਪਰ ਫਿਰ ਵੀ ਉਹ ਕਿਸ ਨੇ ਪੁੱਛ ਲਿਆ ਵੀ ਬਾਦਸ਼ਾਹ ਤੂੰ ਕਹਿ ਰਿਹਾ ਹੈਂ ਵੀ ਗੁਨਾਹ ਇੱਕ ਹੈ ਪਈ ਅੱਲਾ ਆਲਿਆਂ ਦੇ ਰਾਜ ਚ ਰਾਮ ਰਾਮ ਦੀ ਗੱਲ ਕਰਦਾ ਹੈ ਗੁਨਾਹ ਤੇ ਹੈ ਚਲੋ ਠੀਕ ਹੈ ਮੰਨ ਲਿਆ ਪਰ ਦੂਜਾ ਗੁਨਾਹ ਕਿਹੜਾ ਹੈ ਕਹਿੰਦਾ ਤੂੰ ਵੇਖਿਆ ਨਹੀਂ ਇਹ ਕਿ ਡਾਕੜ ਖੋ ਰਿਆ ਕਚਹਿਰੀ ਚ ਪੇਸ਼ ਹੋਇਆ ਮੈਨੂੰ ਸਲਾਮ ਤੱਕ ਨਹੀਂ ਕੀਤੀ ਇਸ ਨੇ ਇਹ ਦੂਜਾ ਗੁਨਾਹ ਆ ਇਹਦੀ ਗੱਲ ਕਰਾਂਗੇ ਅਸੀਂ ਆ ਨੋਂ ਦਸਪੋਧ ਨੇ ਇੱਡੇ ਜਾ ਕੇ ਤਾਂ ਕਚਹਿਰੀ ਚ ਪੇਸ਼ ਕੀ ਹੋਏਗੀ ਸਹਬਜ਼ਾਤਿਆਂ ਉਹ ਕਹਿੰਦਾ ਦੂਜਾ ਗੁਨਾਹ ਕੀਤਾ ਹੈ ਵੀ ਮੈਨੂੰ ਸਲਾਮ ਨਹੀਂ ਕੀਤੀ ਇਸ ਨੇ ਤੇ ਬਾਬਾ ਕਬੀਰ ਬੇਪਰਵਾਹੀ ਦੇ ਰੰਗ ਚ ਰੰਗੇ ਹੋ ਵੀ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਜਿਨ੍ਹਾਂ ਤੇ ਜੀਵਨ ਦੀ ਟੇਕ ਆਧਾਰ ਹੀ ਉਹ ਸਾਖਸ਼ਾਤ ਕਾਲਪੁਰਖ ਵਹਿਗੁਰੂ ਹੈ ਉਹਨੂੰ ਕਿਵੇਂ ਡਰਾਏਗਾ ਹਾਕਮ ਤੋਂ ਕਿਵੇਂ ਡਰੇਗਾ ਬਾਬਾ ਕਬੀਰ ਬਿਨਾਂ ਦੇਰੀ ਕੀਤੇ ਆ ਹਾਕਮ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਵੀ ਇਹ ਗੱਲ ਤੇਰੀ ਠੀਕ ਹੈ ਪਰ ਗੱਲ ਇਹ ਹੈ ਕਿ ਸਹਿਚਾਰ ਦੇ ਵਿੱਚ ਇੱਕ ਜੇ ਬੰਦਾ ਸਲਾਮ ਕਰਨੀ ਭੁੱਲ ਜਾਏ ਤੇ ਦੂਜੇ ਨੂੰ ਯਾਦ ਕਰਾ ਦੇਣੀ ਚਾਹੀਦੀ ਦੂਜੇ ਨੂੰ ਯਾਦ ਕਰਾਉਣ ਵਾਸਤੇ ਉਹਨੂੰ ਸਲਾਮ ਕਰ ਦੇਣਾ ਚਾਹੀਦਾ ਵੀ ਚਲੋ ਜੇ ਮੈਂ ਨਹੀਂ ਤੈਨੂੰ ਇੱਥੇ ਸਲਾਮ ਕੀਤੀ ਜਾਂ ਕਿਸੇ ਕਿਸਮ ਦੇ ਨਾਲ ਤੈਨੂੰ ਕੋਈ ਗਰੀਟਿੰਗਸ ਸ਼ੇਅਰ ਨਹੀਂ ਕੀਤੇ ਤੇ ਤੂੰ ਤੂੰ ਕਿਉਂ ਦੇਰੀ ਕੀਤੀ ਤੂੰ ਕਰ ਦੇ ਇਹ ਤੇ ਇਹ ਬਿਲਕੁਲ ਇਹ ਤੇ ਕੋਈ ਗੱਲ ਹੈ ਨਾ ਵੀ ਜੇ ਮੈਂ ਨਹੀਂ ਕੀਤੀ ਜੇ ਮੈਂ ਤੈਨੂੰ ਮੈਂ ਭੁੱਲ ਗਿਆ ਜਾਂ ਮੈਨੂੰ ਨਹੀਂ ਉਸ ਰੂਪੇ ਸੁਝਿਆ ਤੇ ਤੈਨੂੰ ਸੁਝ ਗਿਆ ਤੇ ਤੂੰ ਸਲਾਮ ਕਹਿ ਦੇ ਉਹ ਹਾਕਮ ਹੱਸਦਾ ਜੋਰ ਲਾ ਕੇ ਕਹਿੰਦਾ ਦੇਖੋ ਇਹ ਪਾਗਲ ਵਾ ਵਾ ਕਬੀਰ ਕਹਿੰਦੇ ਵੀ ਇਹ ਐਵੇਂ ਤੇ ਨਹੀਂ ਕਹਿਣਾ ਚਾਹੀਦਾ ਨਾ ਤੈਨੂੰ ਦੇਖ ਤੂੰ ਆਪ ਹੀ ਕਹਿ ਰਿਹਾ ਵੀ ਤੂੰ ਸਲਾਮ ਨਹੀਂ ਕੀਤੀ ਪਰ ਚਲੋ ਮੈਂ ਤੇ ਨਹੀਂ ਕੀਤੀ ਮੈਂ ਭੁੱਲ ਗਿਆ ਹੋਵਾਂਗਾ ਪਰ ਤੈਨੂੰ ਯਾਦ ਹੈ ਸਹਿਚਾਰਚ ਤੂੰ ਕਹ ਦੇ ਉਹ ਕਹਿੰਦਾ ਉਹ ਕਬੀਰ ਤੈਨੂੰ ਪਤਾ ਮੈਂ ਸਲਾਮ ਕਰਾਂਗਾ ਉਕੇ ਤੇ ਤੂੰ ਆਪ ਹੀ ਕਹਿ ਆਏ ਗੱਲ ਕਹਿੰਦੇ ਵੀ ਮੈਂ ਕਿਉਂ ਕਰਾਂਗਾ ਸਲਾਮ ਬਾਬਾ ਕਬੀਰ ਕਹਿੰਦੇ ਕਿਉਂ ਕਿਉਂ ਨਹੀਂ ਕਰੇਗਾ ਤੂੰ ਕਹਿ ਲਗਾ ਮੈਂ ਰਾਜਾ ਵਾਂ ਬਾਬਾ ਕਬੀਰ ਕਹਿੰਦੇ ਹਾਂ ਹੁਣ ਮੈਂ ਤੇਰੀ ਗੱਲ ਸਮਝ ਗਿਆ ਵੀ ਤੂੰ ਇਹ ਕਹਿ ਰਿਹਾ ਵੀ ਮੈਂ ਤੈਨੂੰ ਰਾਜਾ ਸਮਝ ਕੇ ਹਾਕਮ ਸਮਝ ਕੇ ਸਲਾਮ ਕਰਾਂ ਫਿਰ ਮੈਂ ਬਿਲਕੁਲ ਠੀਕ ਕੀਤਾ ਨਹੀਂ ਤੇ ਪਹਿਲਾਂ ਮੈਂ ਸੋਚ ਰਿਹਾ ਸੀਗਾ ਵੀ ਹਾਂ ਤੇਰਾ ਇਤਰਾਜ਼ ਬਿਲਕੁਲ ਵਾਜਬ ਸੀਗਾ ਕਿ ਵਾਕਿਆ ਜੀ ਆਪਾਂ ਇੱਥੇ ਪਹਿਲੀ ਵਾਰ ਹੀ ਮਿਲੇ ਆ ਮੁਲਾਕਾਤ ਹੋਈ ਹੈ ਤੇ ਸਾਡੇ ਨਾਲ ਕੋਈ ਗ੍ਰੀਟਿੰਗ ਸ਼ੇਅਰ ਨਹੀਂ ਹੋਇਆ ਇੱਕ ਦੂਜੇ ਨੂੰ ਜਿਹੜਾ ਹੈਗਾ ਅਸੀਂ ਉਸ ਤਰੀਕੇ ਨਾਲ ਸਲਾਮ ਕੋਈ ਨਮਸਕਾਰ ਨਮਸਤੇ ਨਹੀਂ ਕਿਹਾ ਇਸ ਰੂਪ ਦੇ ਵਿੱਚ ਉਹ ਹਾਕਮ ਫਿਰ ਸਿਰ ਮਾਰਦਾ ਕਹਿੰਦਾ ਤੈਨੂੰ ਕੁਝ ਵੀ ਨਹੀਂ ਪਤਾ ਮੈਂ ਹਾਕਮ ਆ ਮੈਂ ਰਾਜਾ ਆ ਮੈਂ ਬਾਦਸ਼ਾਹ ਆ ਮੈਨੂੰ ਸਲਾਮ ਕਰਨੀ ਬਣਦੀ ਸੀ ਤੇਰੀ ਬਾਬਾ ਕਬੀਰ ਕਹਿੰਦੇ ਫਿਰ ਤੈਨੂੰ ਸਲਾਮ ਕਰਨੀ ਨਹੀਂ ਸੀ ਬਣਦੀ ਤੈਨੂੰ ਸਲਾਮ ਨਹੀਂ ਹੋ ਸਕਦੀ ਕਹਿੰਦਾ ਕਿਉਂ ਨਹੀਂ ਹੋ ਸਕਦੀ ਕਹਿੰਦਾ ਇਸ ਕਰਕੇ ਨਹੀਂ ਹੋ ਸਕਦੀ ਕਿਉਂਕਿ ਮੈਂ ਮੈਂ ਤੈਨੂੰ ਬਾਦਸ਼ਾਹ ਨਹੀਂ ਮੰਨਦਾ ਮੈਂ ਤੈਨੂੰ ਉਸ ਰੂਪ ਦੇ ਵਿੱਚ ਸਰਵਪਰੀ ਮਤਲਬ ਆਪਣੇ ਸਿਰ ਦਾ ਸਾਈਂ ਆਪਣਾ ਮਾਲਕ ਆਪਣਾ ਸਭ ਤੋਂ ਵੱਡਾ ਸਰਵੋੱਚ ਅਹੁਦੇਦਾਰ ਮੈਂ ਤੈਨੂੰ ਨਹੀਂ ਮੰਨਦਾ ਤੂੰ ਤੇ ਮੈਂ ਮਿੱਟੀ ਦੇ ਪੁਤਲੇ ਆ ਨਾ ਮੈਂ ਰਹਿਣਾ ਨਾ ਤੂੰ ਰਹਿਣਾ ਇਹ ਸਭ ਮਿਟ ਜਾਣਾ ਇਹ ਤਤਾਂ ਦੀ ਖੇਡ ਹੈ ਸਾਰੀ ਹੈ ਰਹਿਣ ਵਾਲਾ ਹੁਈ ਹੈ ਜਿਹੜਾ ਸਰਬ ਕਾਲੀ ਹੈ ਤੇ ਸਰਬ ਦੇਸੀ ਹੈ ਜਿਹੜਾ ਸਰਬ ਕਾਇਮ ਹੈ ਆਹ ਕਮ ਕਹਿੰਦਾ ਇਹ ਕਿਹੜੀਆਂ ਗੱਲਾਂ ਕਰ ਰਹੇਂ ਤੇ ਬਾਬਾ ਕਬੀਰ ਜੂ ਥਾਨ ਕਾ ਕਹਿੰਦੀ ਬਚਨ ਉਚਰਤ ਉਚਰਤ ਕਰਦੇ ਨੇ ਇਹ ਭੂਪਤ ਸਭ ਦਿਵਸ ਚਾਰਗੇ ਇਹ ਚਾਰ ਦਿਨਾਂ ਦੀ ਖੇਡ ਏ ਰਾਜਨ ਤੇਰੇ ਵਰਗੇ ਪਤਾ ਨਹੀਂ ਕਿੰਨੇ ਇੱਥੇ ਚਾਰ ਦਿਨਾਂ ਦੀ ਨੌਬਤ ਵਜਾ ਕੇ ਆਏ ਵਜਾ ਕੇ ਤੁਰ ਗਏ ਅੱਜ ਕਿਤੇ ਸੁਚਾਨੰਦ ਵਜ਼ੀਰ ਖਾਨ ਦਲਾਵਰ ਖਾਨ ਉਹ ਸਾਰੇ ਕਿਤੇ ਪੌਣ ਫੇਰਾਓ ਉਸ ਇਲਾਕੇ ਚ ਅੱਜ ਕਿਤੇ ਸਰਸਾ ਦੇ ਕੰਡੇ ਯੂ ਨੋ ਮੇਰੇ ਕੁਦਰਤੀ ਖੇਡ ਆ ਕਹਿੰਦੇ ਬੰਦੇ ਦੀ ਸਪਿਰਟ ਜਿਹੜੀ ਹੈ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੁੰਦੀ ਹੈ ਅੱਜ ਭਾਈ ਉਹਦੇ ਸਿੰਘ ਅੱਜ ਭਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਅੱਜ ਭਾਈ ਬਚਿੱਤਰ ਸਿੰਘ ਤੇ ਫਿਰ ਉਹਨਾਂ ਦੇ ਵਰ ਖিলাਫਤ ਖੜੀਆਂ ਉਹ ਤੇਰਾ ਅਜਮੇਰ ਚੰਦ ਨਾ ਉਹ ਕਿਤੇ ਆਏ ਉੱਥੇ ਅਜੋ ਸ਼ਾਹੀ ਟਿੱਬੀ ਅਜਾਜ ਵੀ ਹੈ ਨਾ ਉੱਥੇ ਜਗਾ ਤੇ ਉੱਥੀ ਮਿੱਟੀ 도ਥੀ ਹੈ ਨਾ ਅਜ ਵੀ ਉਹ ਜਿੱਥੇ ਆਨੰਦਗੜ੍ਹ ਦਾ ਕਿਲਾ ਸੀ ਗਾ ਅਜ ਵੀ ਉੱਥੇ ਹੈ ਨਿਰਮੋਹਗੜ੍ਹ ਦੀ ਜਗਾ ਅਜ ਵੀ ਉੱਥੇ ਉੱਥੇ ਖੜੀ ਕਾਇਮ ਹੈ ਸ਼ਾਹੀ ਟਿੱਬੀ ਦੇ ਬਿਲਕੁਲ ਨੇੜੇ ਪੈਂਦੀ ਹੈ ਅੱਜ ਤੇ ਦੇਖੇ ਵੀ ਹਾਂ ਭਈਆ ਹੋਂਦ ਵੀ ਨਹੀਂ ਰਹੀ ਆ ਜਿਨ੍ਹਾਂ ਨੇ ਉਸ ਸਮੇ ਉਸ ਕਰਤਾਰ ਦੇ ਰੰਗ ਚ ਰੰਗਿਆ ਹੋਇਆ ਨੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਧ ਤਿਨਾ ਕੇ ਪਾਸ ਜਿਨਾਂ ਸਮਾਹੀ ਕੰਤ ਨੂੰ ਪਛਾਣਿਆ ਉਸ ਰੂਹ ਦੇ ਰੱਤੇ ਚੋਲਿਆਂ ਨੇ ਆਪਣੇ ਤਨ ਦੇ ਚੋਲੇ ਰਤ ਰਤਲੇ ਖੂਨੋਂ ਖੂਨ ਉਸ ਰੂਪ ਦੇ ਵਿੱਚ ਸ਼ਹਾਦਤਾਂ ਪਾ ਗਏ ਉਸ ਰੂਪ ਦੇ ਅੰਦਰ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਸੀਂ ਹਜ਼ਾਰਾਂ ਮੀਲ ਦੂਰ ਇਸ ਕੈਨੇਡੀਅਨ ਸੋਇਲ ਦੇ ਉੱਤੇ ਟ੍ਰਾਂਟੋ ਦੇ ਇਸ ਗਿਰਦੇ ਰਵਾਂ ਦੇ ਵਿੱਚ ਇੱਥੇ ਬੈਠ ਕੇ ਅਸੀਂ ਨਮਨ ਕਰ ਰਹੇ ਹਾਂ ਨਮਨ ਕਰਦੇ ਹੋਏ ਅੰਦਰ ਖਲੂਸ ਮੁਹੱਬਤ ਮਾਣ ਰਹੇ ਹਾਂ ਅਹਿਸਾਸ ਰਹੇ ਹਨ ਉਹਨਾਂ ਨੂੰ ਉਹਨਾਂ ਦੀ ਉਸ ਜੀਵਨ ਪ੍ਰਾਕਰਮ ਨੂੰ ਇਹ ਸਾਰਾ ਕੋਈ ਦਸਤਾਇਆ ਬੰਦੇ ਰੱਬ ਤੇ ਰੱਬ ਦਾ ਨਾਮ ਸਰੋਪਰੀ ਹੈ ਜ਼ਿੰਦਗੀ ਦੇ ਡਰ ਜ਼ਿੰਦਗੀ ਦੀਆਂ ਮੁਸ਼ਕਲਾਂ ਤਕਲੀਫਾਂ ਇੱਕ ਬਹੁਤ ਛੋਟੀਆਂ ਨੇ ਮਨੁੱਖ ਨੂੰ ਕੁਦਰਤ ਨੇ ਬਹੁਤ ਵੱਡੀ ਸਮਰੱਥਾ ਦਿੱਤੀ ਹੈ ਕਿਉਂ ਕਿ ਮਨੁੱਖ ਦੀ ਸੁਰਤ ਵਿੱਚ ਅਕਾਲ ਪੁਰਖ ਵਹਿਗੁਰੂ ਦਾ ਨਾਮ ਵੱਸ ਸਕਦਾ ਆ ਬਚਨ ਹੈ ਬਾਬਾ ਜੀ ਬਿਆਨ ਕਰਦੇ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਤੁੱਦ ਬਿਨੂ ਦੂਜਾ ਨਾ ਹੀ ਕੋਏ ਉਸ ਤੋਂ ਬਿਨਾਂ ਹੋਰ ਹੈ ਕੌਣ ਹੈ ਕਰਨ ਕਰਾਉਣ ਵਾਲਾ ਪਿਆ ਪਿਓ ਬਣੇ ਹੋਏ ਹਾਲ ਹਾਲਾਤਾਂ ਦੇ ਅੰਦਰ ਬੰਦਾ ਵੈਗਰੂ ਨੂੰ ਯਾਦ ਕਰਦਿਆਂ ਹੋਇਆਂ ਜੋ ਵਿਵੇਕ ਸ਼ੀਲ ਹੋ ਕੇ ਕਰਨਾ ਬਣਦਾ ਆ ਉਹ ਕਰੇ ਬਟ ਐਵਰ आवर ਕੌਂਸ਼ੀਅਸ ਇਸ ਟੈਲਿੰਗ ਅਸ ਵੀ ਸ਼ੁੱਡ ਐਕਚੁਅਲੀ ਪਰਫਾਰਮ ਵੀ ਸ਼ੁੱਡ ਡੂ ਇਟ that is our ਦੈਟ ਇਜ਼ ਮੈਸੇਜ ਆਫ ਗੁਰਬਾਣੀ ਬਾਬਾ ਜੀ ਕਹਿੰਦੇ ਤੁਦ ਬਿਨ ਦੂਜਾ ਨਾ ਹੀ ਕੋਏ ਜਦੋਂ ਵਿਵੇਕ ਦੇ ਨੇੜੇ ਹੁੰਦੀ ਮਨੁੱਖੀ ਸੂਝ ਮਨੁੱਖੀ ਸੋਚ ਉਦੋਂ ਜੋ ਵਾਪਰਦਾ ਉਹ ਵਾਪਰਦਾ ਰੱਬੀ ਹੁਕਮ ਦੀ ਬਿਲਕੁਲ ਉਹਦੀ ਹਾਜ਼ਰੀ ਤੂੰ ਕਰਤਾਰ ਕਰੈ ਸੋ ਹੋਏ ਇਹ ਫਿਰ ਹੁਕਮ ਹੀ ਬੰਦਾ ਹੈ ਉਹ ਕਹਿੰਦਾ ਜੋ ਕਰਤਾਰ ਨੂੰ ਪਾਉਂਦਾ ਹੈ ਮੈਂ ਪੜਨ ਦੇ ਸ਼ੌਂਕ ਚ ਪੜਦੇ ਰਹੀਦਾ ਪਰ ਇਹਨਾਂ ਦਿਨਾਂ ਦੇ ਚ ਕੁਝ ਉਸ ਕਿਸਮ ਦਾ ਲਿਟਰੇਚਰ ਕੁਰੇਦੀ ਦਾ ਸਾਰੇ ਦਾ ਸਾਰਾ ਆਹ ਮਾਲਕ ਦਾ ਤਰਸ ਆ ਉਹਨੇ ਸਾਰੀ ਖੇਡ ਚਲਾਇਆ ਆ ਸੋਚੀਦਾ ਪਤਾ ਨਹੀਂ ਕਿਸ ਆਹ ਬਖਸ਼ਿਸ਼ ਕਿਸ ਨਵਾਜਿਸ਼ ਨਾਲ ਸਾਨੂੰ ਸਾਡੇ ਉੱਤੇ ਦਰਵਾਜ਼ਾ ਖੋਲ੍ਹਿਆ ਫੇ ਸਭ ਚੀਜ਼ਾਂ ਪੜਨ ਪਟਨ ਦਾ ਮੌਕਾ ਬਣਦਾ ਤੇ ਸਾਰੇ ਚ ਵੇਖਿਆ ਕਿ ਜੋ ਮਹਾਰਾਜ ਅਨੰਦਗੜ੍ਹ ਤੋਂ ਨਿਕਲੇ ਹੋਣਗੇ ਕੋਈ ਪ੍ਰੋਗਰਾਮ ਹੋਏਗਾ ਕਿੱਥੇ ਜਾਣਾ ਕਿੱਥੇ ਨਹੀਂ ਜੋ ਕਰਤਾਰ ਨੂੰ ਪਾਵੇ ਇਹੀ ਗੁਰੂ ਨਾਨਕ ਮਹਾਰਾਜ ਨੂੰ ਮਰਦਾਨਾ ਜੀ ਪੁੱਛਦੇ ਨੇ ਮਹਾਰਾਜ ਐਦਾਂ ਕੀ ਪ੍ਰੋਗਰਾਮ ਹੈ ਬਾਬਾ ਕਹਿੰਦੇ ਮਰਦਾਨੇ ਆਪਣਾ ਕੋਈ ਪ੍ਰੋਗਰਾਮ ਨਹੀਂ ਜੋ ਕਰਤਾਰ ਦਾ ਜੋ ਜੋ ਪਾਵੇ ਕਰਤਾਰ ਜੋ ਨੂੰ ਪਾਵੇ ਜਿਸ ਪਾਸੋਂ ਲੈ ਕੇ ਜਾਵੇ ਜਿੱਧਰ ਉਹਦਾ ਜੋ ਦਾ ਹੁਕਮ ਹੈ ਉਹ ਵਰਤਾਵਾਂਗੇ ਅਸੀਂ ਇਹ ਅਧਿਆਤਮਿਕ ਤਲ ਦੇ ਉੱਤੇ ਜਿਹੜੀ ਰੂਹ ਆਪਣੇ ਆਪ ਨੂੰ ਉਸ ਕਰਤਾਰ ਦੇ ਹਵਾਲੇ ਕਰਦੀ ਏ ਫਿਰ ਉਹ ਜੀਵਨ ਚਲਾਉਂਦਾ ਆ ਤੇ ਕਈ ਵਾਰੀ ਵਿਅਕਤੀ ਤੌਰ ਤੇ ਜਿਹੜੇ ਅਸੀਂ ਬਹੁਤ ਜ਼ਿਆਦਾ ਚਲਾਕ ਦਿਮਾਗ ਵਿੱਚ ਰਹਿਣ ਵਾਲੇ ਲੋਕ ਆ ਬੜੇ ਕਲੇਵਰ ਮਾਈਂਡਡ ਲੋਕ ਰਹਿਨੇ ਆ ਸਾਨੂੰ ਲੱਗਦਾ ਵੀ ਨਹੀਂ ਨਹੀਂ ਆਹ ਤਾਂ ਠੀਕ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਕੈਲਕੂਲੇਸ਼ਨ ਅਸੀਂ ਆਪਣੀ ਕਰਦੇ ਆ ਰੂਹ ਕੈਲਕੂਲੇਸ਼ਨ ਕਰਤਾਰ ਦੀ ਅਤੇ ਕਰਤਾਰ ਦੀ ਕੈਲਕੂਲੇਸ਼ਨ ਤੇ ਕੋਈ ਵੀ ਨਹੀਂ ਜਾਣਦਾ ਵੀ ਤੇ ਸ਼ਾਮਾ ਬਾਤ ਕਰ ਰਹੇ ਹੈ ਨਾ ਜਦੋਂ ਉਹ ਜੋਗੰਨ ਰੂਪ ਧਾਰ ਕਰ ਧਾਰਨ ਕਰਕੇ ਆਉਂਦੀ ਹੈ ਤੇ ਆ ਕੇ ਪੁੱਛਦੀ ਹੈ ਵੀ ਲਹੇ ਤੇ ਸਭ ਤੂੰ ਵਸਾ ਕੇ ਸਾਰੀ ਸਰਜ਼ਮੀਨ ਸਭ ਕੁਝ ਤੇ ਤੁਰ ਚੱਲਣਾ ਹੁਣ ਤੂੰ ਇਹ ਤੇ ਉਜੜ ਜੇਗੀ ਜ਼ਮੀਨ ਤੇ ਉਜਾੜ ਦੇਣਗੇ ਸਾਰੇ ਆ ਕੇ ਇਹ ਤੇ ਕੁਝ ਵੀ ਨਹੀਂ ਬਚੇਗਾ ਇਹ ਤੇ ਬਰਬਾਦ ਹੋ ਜਾਏਗਾ ਤੇ ਖੰਡਰ ਬਣ ਜਾਣਗੇ ਤੂੰ ਮਹਾਰਾਜ ਕਹਿੰਦੇ ਨਾ ਨਾ ਤੂੰ ਪਰਵਾਹ ਨਾ ਕਰ ਤੂੰ ਘਬਰਾ ਨਾ ਨਹ ਜੂਲਤੇ ਨਿਸ਼ਾਨ ਰਹੇ ਪੰਥ ਪਾਤਸ਼ਾਹ ਕੇ ਇਹ ਪੰਥ ਪਾਤਸ਼ਾਹੀ ਦਾ ਨਿਸ਼ਾਨ ਲੱਗਾ ਇੱਥੇ ਤੂੰ ਕੀ ਸੋਚਦੀ ਏ ਇੱਥੇ ਨਰਸਿੰਘੇ ਵੱਜਿਆ ਕਰਨਗੇ ਇੱਥੇ ਹਮੇਸ਼ਾ ਤੌਸਿਆਂ ਤੇ ਚੋਟਾਂ ਪੈਣਗੀਆਂ ਇੱਥੇ ਖਾਲਸਾ ਹੀ ਰੰਗਤ ਦੇ ਜਕਾਰੇ ਛੱਡੇ ਜਾਣਗੇ ਮੈਨੂੰ ਯਾਦ ਆ ਜਦੋਂ 300 ਸਾਲਾ ਮਨਾਇਆ ਜਾ ਰਿਹਾ ਸੀਗਾ ਮਨਾਉਣ ਤੋਂ ਪਹਿਲਾਂ ਜੀ 300 ਸਾਲਾ ਉੱਥੇ ਤੇ ਲਗਾ ਅਜੂਬੇ ਖਾਲਸਾ ਦਾ ਨਹੀਂ ਪੱਥਰ ਰੱਖਣਾ ਸੀਗਾ ਤੇ ਉਸ ਤਰੀਕੇ ਨਾਲ ਅਵਾਂਸ ਦੇਰ दैट ਟਾਈਮ ਮਾਈ ਗੁੱਡਨੈਸ ਮਤਲਬ ਆਪ ਸਾਰਿਆਂ ਨੇ ਸਮੁੰਦਰ ਦੇਖਿਆ ਹੋਣਾ ਪਾਣੀ ਦਾ ਮੈਂ ਵੀ ਦੇਖਿਆ ਪਰ ਜਦੋਂ ਤੁਸੀਂ ਖਾਲਸਾ ਹੀ ਰੰਗ ਦੇ ਵਿੱਚ ਨੀਲੇ ਤੇ ਪੀਲੇ ਰੰਗਾਂ ਦਾ ਸਲਾਬ ਦੇਖਦੇ ਹੋ ਓਏ ਹੋਏ ਇੰਜ ਲੱਗਦਾ ਜਿਵੇਂ ਸਮੁੰਦਰ ਦੀ ਲਹਿਰਾਂ ਹੀ ਉੱਠ ਰਹੀਆਂ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਤੇ ਕੋਈ ਪਤਾ ਨਹੀਂ ਕਿਸੇ ਨੂੰ ਵੀ ਮੈਂ ਕਿਸ ਮੁਹਾਜ ਚ ਆਇਆ ਕਿਸ ਰੂਪ ਦੇ ਵਿੱਚ ਇੱਕ ਅਜੀਬ ਮਸਤੀ ਦੇ ਵਿੱਚ ਦੂਰ ਤੱਕ ਰੰਗੀ ਰੰਗਿਆ ਮਤਲਬ ਮੁਜਦਨੇ ਵਰਗਾ ਬੰਦਾ ਬਿਲਕੁਲ ਵਿਸਮਾਦਤ ਹੋ ਜਾਂਦਾ ਵੀ ਆ ਬਾਪੂ ਕੋਈ ਤੇਰਾ ਹੀ ਰੰਗ ਆ ਬਸ ਮੈਂ ਮੈਂ ਕੀ ਵੇਖ ਰਿਹਾ ਹਾਂ ਇੱਥੇ ਇਸੇ ਚੀਜ਼ ਨੂੰ ਕੰਪੈਰੀਟਿਵ ਲੈਵਲ ਤੇ ਦੇਖੀਏ ਕਦੀ ਇੱਥੇ ਸਾਰੇ ਉਹ ਕਾਲੀਆਂ ਵਰਦੀਆਂ ਵਾਲੇ ਸੀਗੇ ਉਹ ਕਹਿੰਦੇ ਬਸ ਅਸੀਂ ਮਿਟਾ ਦੇਾਂਗੇ ਸਾਰਾ ਕੁਝ ਮਿਟਾਓਗੇ ਕੀ ਤੁਸੀਂ ਆ ਨੀਲੇ ਰੰਗ ਵਾਲਾ ਪੀਲੇ ਰੰਗ ਵਾਲਾ ਇਹ ਖਤਮ ਕਰ ਦੇਣਾ ਉਹ ਤੋਂ ਨੀਲਾ ਹੀ ਪੀਲਾ ਹੋ ਗਿਆ ਸਾਰਾ ਸွေ ਰੂਪਿਆ ਕੀ ਜਿਹਦੀ ਤੁਸੀਂ ਨਿਸ਼ਾਨੀ ਤੱਕ ਮਟਾਉਣੀ ਚਾਹੁੰਦੇ ਹੋ ਉਦੀ ਨਿਸ਼ਾਨੀ ਤੇ ਉਹ ਕਹਿੰਦਾ ਮੇਰਾ ਤੇ ਨਿਸ਼ਾਨ ਹੀ ਮੇਰੀ ਨਿਸ਼ਾਨੀ ਹੈ ਨਿਸ਼ਾਨ ਕੀ ਹੈ ਨਿਸ਼ਾਨ ਸਾਹਾ ਜਿਸ ਨੇ ਆਪਣੇ ਆਪ ਨੂੰ ਉਸ ਨੀਲੇ ਦੇ ਸ਼ਾਹ ਸਵਾਰ ਨੇ ਉਸ ਕੇਸਰੀ ਧਾਰੀ ਨੂੰ ਉਸ ਨੇ ਆਪਣੇ ਆਪ ਨੂੰ ਰੰਗ ਹੀ ਕੇਸਰੀ ਚ ਪ੍ਰਵਿਰਤ ਕਰ ਦਿੱਤਾ ਤੂੰ ਉਹਨੂੰ ਕਿਵੇਂ ਮਟਾਓਗੇ ਹੁਣ ਉਹਦੇ ਕੇਸਰੀ ਫਿਰ ਝੁੱਲਦੇ ਰਹਿਣਗੇ ਉਹਤੇ ਜ਼ਿਕਰ ਆ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜ਼ੋਰ ਤੇਰੀ ਮੰਟੇਕ ਇਹੀ ਗੱਲ ਗੁਰੂ ਸਾਹਿਬ ਜਫਰ ਨਾਮੇ ਚਾਰਕ ਦੇ ਬਲਿਖਦੇ ਪਿਆਰ ਸਿੰਘ ਜੈਬ ਜਾਂ ਤੁਸੀਂ ਹਕੀਮਤ ਲਾਹਰ ਖਾਂ ਜੋਗੀ ਨੂੰ ਪੜਦੇ ਹੋ ਉਹ ਕਹਿੰਦਾ ਉਹਨੇ ਫੌਜੋਂ ਪినాਜ ਉਹਨੇ ਦੇਵੀ ਦਾ ਮਾਨ ਹੈ ਆਸ਼ਿਕ ਹੈ ਹਮ ਖੁਦਾ ਕੇ ਔਰ ਹਥੇਲੀ ਪੇ ਜਾਨ ਹੈ ਉਹ ਕਹਿੰਦੇ ਕਿਸੇ ਨੂੰ ਫੌਜਾਂ ਤੇ ਨਾਜ ਆ ਕਿਸੇ ਨੂੰ ਆਪਣੀ ਦੇਵੀ ਦਾ ਮਾਨ ਆ ਇੱਥੇ ਦੋਵੇਂ ਚੀਜ਼ਾਂ ਨਹੀਂ ਹੈਗੀਆਂ ਨਾ ਕੋਈ ਰਿਚੂਅਲਿਜ਼ਮ ਆ ਕੋਈ ਮੂਰਤ ਕੱਢ ਕੇ ਘਰੋਂ ਨਿਕਲੇ ਹੋਣ ਕੋਈ ਖਾਸ ਕਿਸਮ ਦੀਆਂ ਮਤਲਬ ਪਾਂਡੇ ਪੋਥੀਆਂ ਪੜਦੂ ਕਹਿੰਦਾ ਐਸਾ ਕੁਛ ਨਹੀਂ ਹੈਗਾ ਇੱਥੇ ਰੱਬ ਦੇ ਆਸ਼ਕ ਨੇ ਕਿਨੇ ਇਹਨੇ ਫੌਜੋਂ ਪినాਜ਼ ਦੀ ਦੇਵੀ ਦਾ ਮਾਨ ਹੈ ਆਸ਼ਕ ਹੈ ਹਮ ਖੁਦਾ ਕੇ ਔਰ ਹਥੇਲੀ 'ਤੇ ਜਾਨ ਹੈ ਇਹ ਹੱਥਾਂ 'ਤੇ ਜਾਨ ਰੱਖ ਕੇ ਤੁਰੇ ਫਿਰਦੇ ਨੇ ਨਾ ਕਿਤੇ ਲਕੋਕ ਇਹ ਨਹੀਂ ਰੱਖੀ ਉਹਨਾਂ ਨੂੰ ਪਤਾ ਹੈ ਕਿ ਅਸੀਂ ਅਸੀਂ ਜਿਸ ਰਾਤ ਤੁਰੇ ਇਸ ਰਾਹ ਦੇ ਉੱਤੇ ਸਵਾਏ ਮੌਤ ਤੋਂ ਸਵਾਏ ਸਾਡੇ ਇਸ ਅਲਖ ਮੁਕਾਨ ਤੋਂ ਹੋਰ ਕੀ ਕਰਨਗੇ ਪਰ ਇਹ ਕਿਹਾ ਤੇਰਾ ਜ਼ੋਰ ਤੇਰੀ ਮਨ ਟੇਕ ਹੈ ਮਾਲਕ ਮੇਰੇ ਉੱਤੇ ਸਭ ਹੈ ਸਦਾ ਸਦਾ ਜਪ ਨਾਨਕ ਏਕ ਹੈ ਨਾਨਕ ਹੈ ਸਦਾ ਤੁਸ ਲੈ ਕੇ ਸਦਾ ਤੱਕ ਉਸ ਪਰਿਪੂਰਨ ਦਾ ਅਰਾਧਨਾ ਤੇਹੀ ਸਾਡੇ ਜੀਵਨ ਦਾ ਮਕਸਦ ਹੈ ਤੂੰ ਹੈ ਤੂੰ ਹੋ ਬਨਹਾਰ ਤੂੰ ਕੱਲ ਵੀ ਸੀ ਤੂੰ ਅੱਜ ਵੀ ਹੈ ਤਾਂ ਉਹਦੇ ਕੱਲ ਵੀ ਹੋਏਗਾ ਰੱਬ ਦਾ ਨਾਮ ਕਦੀ ਖਤਮ ਨਹੀਂ ਹੋਇਆ ਸੱਚ ਕਦੀ ਮਰਿਆ ਨਹੀਂਗਾ ਤੇ ਵਿਅਕਤੀ ਤੌਰ ਤੇ ਬੰਦਿਆਂ ਨੂੰ ਲੱਗਦਾ ਮੈਂ ਸੱਚ ਮਟੇ ਦਿਆਂਗਾ ਸੱਚ ਕਦੀ ਨਹੀਂ ਮਟਿਆ ਸਭ ਕਹਿੰਦੇ ਹੈ ਤੂੰ ਰਿਹਾ ਹੈ ਤੂੰ ਹੈ ਤੂੰ ਮੌਜੂਦ ਹੈ ਤੂੰ ਹੋਵਨਹਾਰ ਤੂੰ ਹਮੇਸ਼ਾ ਰਹੇਗਾ ਅਗਮ ਅਗਾਧ ਉੱਚੇ ਅਪਾਰ ਅਗਮ ਅਗਾਧ ਹਾਂ ਮੇਰੇ ਇੰਦਰੇ ਨਹੀਂ ਪਕੜ ਪਾਉਂਦੇ ਤੈਨੂੰ ਮੇਰੀ ਅੱਖਾਂ ਨਹੀਂ ਵੇਖ ਪਾਉਂਦੀਆਂ ਤੈਨੂੰ ਅਗਾਧ ਜੋ ਹੈ ਮੇਰੀ ਬੁੱਧੀ ਨਹੀਂ ਪਕੜਦੀ ਤੈਨੂੰ ਬૌਧਿਕ ક્ષਮਤਾ ਨਹੀਂ ਕੋਈ ਬੰਦਾ ਕਹੇ ਬੱਛਾ ਤੂੰ ਸਿੱਧ ਕਰ ਰੱਬ ਹੈ ਮੈਂ ਸਿੱਧ ਕਰਾਂਗਾ ਰੱਬ ਨਹੀਂ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਮੇਰਾ ਮਸਲਾ ਹੀ ਨਹੀਂ ਹੈ ਮੈਂ ਤਾਂ ਮੰਨ ਕੇ ਚੱਲਦਾ ਹਾਂ ਅਗਮ ਅਗਾਧ ਮੇਰੀ ਕੀ ਬੌਧਿਕ ਸ਼ਮਤਾ ਮੈਂ ਪਕੜ ਲਾਂਗਾ ਉਸ ਨੂੰ ਮੇਰੀ ਬੁੱਧੀ ਦਾ ਝੋਲਾ ਇੰਨਾ ਵੱਡਾ ਨਹੀਂ ਹੈਗਾ ਇਹ ਚ ਮੈਂ ਰੱਬ ਪਾ ਕੇ ਤੈਨੂੰ ਦੇ ਦਿਆਂ ਨਾ ਮੈਂ ਤਾਂ ਸਮੁੰਦਰ ਦੀ ਲਹਿਰ ਦੇ ਵਿੱਚ ਇੱਕ ਛੋਟਾ ਜਿਹਾ ਪਾਣੀ ਦਾ ਬੁਲਬੁਲਾ ਆ ਤੁਸ ਬੁਲਬਲੇ ਨੂੰ ਕੀ ਪਾਇਆ ਹਾਂ ਮੈਂ ਮਾਣ ਰਿਹਾ ਉਸ ਨੂੰ ਮੈਂ ਉਹਦਾ ਹਿੱਸਾ ਮੈਨੂੰ ਸਮਝ ਆ ਗਈ ਹੈ ਮੈਂ ਸਮੁੰਦਰ ਦੀਆਂ ਲਹਿਰਾਂ ਚ ਲਹਿਰਾ ਰਿਹਾ ਫਲੋਟ ਕਰ ਰਿਹਾ ਕਿਆ ਹੈ ਤੂੰ ਹੈ ਤੂੰ ਹੋਵਣ ਹਾਰ ਅਗਮ ਅਗਾਧ ਉੱਚ ਅਪਾਰ ਜੋ ਤੁਧ ਸੇਵੈ ਤੈਨੂੰ ਭਉ ਦੁਖ ਨਾ ਹੈ ਭਉ ਦੁਖ ਦੁੱਖ ਤਨਾਂ ਦਾ ਵੱਢਿਆ ਜਾਣਾ ਕੱਟਿਆ ਜਾਣਾ ਮਾਰਿਆ ਜਾਣਾ ਇਹ ਦੁੱਖ ਲੱਗਦਾ ਹੈ ਪਰ ਐਕਚੁਅਲੀ ਜੋ ਤੁਸੀਂ ਅਧਿਆਤਮਿਕ ਰੂਹਾਨੀ ਤੌਰ ਤੇ ਬਿਲਕੁਲ ਜ਼ਹਿਨੀ ਤੌਰ ਤੇ ਅਵੇਅਰ ਹੋ ਜਾਓ ਨਾ ਫਿਰ ਇਹ ਦੁੱਖ ਨਹੀਂਗਾ ਦੁੱਖ ਹੈ ਪਾਓ ਡਰ ਨਾ ਆਜੇ ਡਰ ਦੁੱਖ ਹੈ ਜਿੱਥੇ ਬੰਦੇ ਨੂੰ ਡਰ ਚਲਾਏਗਾ ਡਰ ਕੇ ਬੰਦਾ ਗੱਲ ਕਰੇਗਾ ਡਰ ਕੇ ਕਦਮ ਟੁੱਟੇਗਾ ਡਰ ਕੇ ਕਹੇਗਾ ਕਿ ਮੈਂ ਆ ਕੰਮ ਨਹੀਂ ਕਰਨਾ ਡਰਿਆ ਉਹ ਬਸ ਫਿਰ 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 ਮਨੁੱਖਾ ਦਾ ਰਹਿ ਗਿਆ ਫਿਰ ਤੇ ਮਰ ਗਿਆ ਸਰੀਰ ਕਰਕੇ ਕਦੀ ਨਹੀਂ ਕੋਈ ਮਰਿਆ ਇਹ ਇਹ ਸਾਡੇ ਸਾਹਮਣੇ ਸਿੱਧ ਹੋ ਗਿਆ। ਸਰੀਰ ਕਰਕੇ ਨਹੀਂ ਮੁੱਕਦਾ ਕਦੇ। ਸਰੀਰ ਕਰਕੇ ਤੇ ਬਲਕੇ ਜਿਸ ਤੁਜਾ ਦੇ ਉੱਤੇ ਜਿਸ ਰਾਹ ਦੇ ਉੱਤੇ ਤੁਰਦੇ ਨੂੰ ਰਾਹ ਉਹਨਾਂ ਨੂੰ ਅਮਰ ਕਰ ਦਿੰਦਾ। ਇੱਥੇ ਕਿਹਾ ਮਾਲਕ ਜੋ ਤੂੰ ਦਸੇਵੇਂ ਤਿਨ ਭਉ ਦੁੱਖ ਨਾ ਹੈ। ਡਰ ਦਾ ਦੁੱਖ ਖਤਮ ਹੋ ਗਿਆ ਉਹਨਾਂ ਦਾ। ਗੁਰਪ੍ਰਸਾਦ ਨਾਨਕ ਗੁਣ ਗਾਏ। ਗੁਰਪ੍ਰਸਾਦ ਗੁਰੂ ਦਾ ਪ੍ਰਸਾਦ ਆ ਗੁਣ ਗਾ ਹੈ। ਰੱਬੀ ਗੁਣਾ ਨੂੰ ਗਾਉਣਾ। ਹਾਂ। ਇਹ ਬੀਤੀ ਰਾਤ ਹੀ ਹੈ ਜਦੋਂ ਗੁਰੂ ਮਹਾਰਾਜ ਸਰੰਦਾ ਪਕੜ ਕੇ ਸਰਸਾ ਦਰਿਆ ਦੇ ਕੰਢੇ ਤੇ ਮਹਾਰਾਜ ਕਹਿੰਦੇ ਨੇ ਇਤਨੇ ਹਿੰਮਤ ਦਾ ਸਮਾਂ ਹੋ ਗਿਆ ਹਾਸਾ ਕੀ ਬਾਹਰ ਗਾਉਂਦੇ ਨੇ ਕੈਸਾ ਹਾਸਾ ਪੇਸ਼ੂ ਆਇਆ ਮੈਂ ਸੋਚਦਾ ਬੰਦਾ ਇਮੇਜਿਨ ਹੀ ਨਹੀਂ ਕਰ ਸਕਦਾ ਕਿ ਇੱਕ ਪਾਸੇ ਜੰਗ ਚੱਲ ਰਹੀ ਆ ਲੋਹੇ ਦੀ ਖੜਕਾਟ ਹੋ ਰਹੀ ਏ ਕੋੜਿਆਂ ਦੇ ਪੌੜ ਖੜਕ ਰਹੇ ਨੇ ਤੇਜ ਹਵਾਵਾਂ ਚੀਰਦੀਆਂ ਤੁਰਦੀਆਂ ਲਗੀਆਂ ਜਾ ਰਹੀਆਂ ਨੇ ਸਰਸਾ ਦਰਿਆ ਦਾ ਪਾਣੀ ਐ ਸ਼ੂਕ ਰਿਆ ਨਾਲ ਤੇ ਉੱਥੇ ਹੱਥੇ ਸਰੰਦਾ ਫੜ ਕੇ ਮੇਰਾ ਦਸਵਾਂ ਮਾਹੀ ਮਤਲਬ ਆਪੀ ਨੇ ਆਪਸਾ ਜਿਉ ਆਪੀ ਨੇ ਰਚਿਓ ਨਾਉ ਉਹ ਗਾ ਰਿਆ ਉੱਥੇ ਬੈਠਾ ਕਿਹ ਆ ਮੰਜ਼ਰ ਹੋਏਗਾ ਕਿਹ ਆ ਮੰਜ਼ਰ ਹੋਏਗਾ ਜਦੋਂ ਕਹਿ ਰਿਆ ਹੋਣਾ ਵੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆਂ ਰਿਜ਼ਕ ਸੰਭਾਏ ਤੇ ਜਿਹੜੇ ਉਸ ਮੰਦਰ ਨੂੰ ਮਾਰ ਰਹੇ ਹੋਣਗੇ ਲੋਕੀ ਕਹਿੰਦੇ ਕਿਸ ਕਿਸ ਸ਼ੌਂਕੇ ਚ ਉਹ ਮਤਲਬ ਆਪਾ ਹਲੂਲ ਰਹੇ ਹੋਣੇ ਨੇ ਭਾਈ ਜਿਹਦਾ ਦੇ ਸਾਹਮਣੇ ਮਾਹੀ ਬੈਠਾ ਸਮਾਧੀਆ ਸੀਨ ਹੋ ਕੇ ਬਿਲਕੁਲ ਨੂਰੀ ਨੂਰੀ ਉਹ ਬਾਣੀ ਦੇ ਮੰਜ਼ਰ ਚ ਉਸ ਰੂਪ ਦੇ ਵਿੱਚ ਮਤਲਬ ਉਹ ਸਾਰੇ ਨੂਰ ਨੂੰ ਫੈਲਾ ਰਿਹਾ ਆ ਉਸ ਕੁੰਸ ਪਹਾੜ ਨੂੰ ਵੇਖ ਕੇ ਕਿਵੇਂ ਨਹੀਂ ਉਹਨਾਂ ਦੀ ਅੱਖਾਂ ਚੋਂ ਦੇ ਆ ਗਈਆਂ ਹੋਣਗੀਆਂ ਉਹਨਾਂ ਦੇ ਸਾਹਮਣੇ 10 ਲੱਖ ਦਾ ਮਲਖਈਆ ਉਹ ਟਿੱਡੀ ਦਲ ਸਾਰੇ ਦਾ ਸਾਰਾ ਉਹਨਾਂ ਦੀ ਅੱਖਾਂ ਚ ਦਿਸਦਾ ਹੀ ਨਹੀਂ ਹੋਣਾ ਉਹਨਾਂ ਨੂੰ ਉਹਨਾਂ ਚ ਭੌਅ ਡਰ ਕਿੱਥੋਂ ਆਏਗਾ ਉਹ ਸਾਰੇ ਰੂਪ ਦੇ ਵਿੱਚ ਜ਼ਿਕਰ ਆਇਆ ਗੁਰਪ੍ਰਸਾਦ ਨਾਨਕ ਗੁਨਗਾਹੇ ਜੋ ਦੀਸੈ ਸੋ ਤੇਰਾ ਰੂਪ ਉਹਦੀ ਸ਼ਾਮ ਬਾਤ ਕਰਾਂ ਬਿੱਤੇ ਕੱਲ ਬਾਤ ਨਹੀਂ ਕਰ पाए ਭਾਈ ਕਨਈਆ ਜੀ ਜੋ ディースਾ ਸੋ ਤੇਰਾ ਰੂਪ ਗੁਣ નિਧਾਨ ਗੋਬਿੰਦ ਅਨੂਪ ਗੁਣਾ ਦਾ ਖਜ਼ਾਨਾ ਗੋਬਿੰਦ ਅਨੂਪ ਸਿਮਰ 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 ਜਨ ਸੋਏ ਉਹਦੀ ਸਮ੍ਰਿਤੀ ਕਰਨ ਵਾਲਾ ਕੋਈ ਹੋਰ ਨਹੀਂ ਉਹਦਾ ਹੀ ਜਨ ਹੋ ਜਾਂਦਾ ਹੈ ਉਹਦਾ ਰੂਪ ਹੋ ਜਾਂਦਾ ਹੈ ਨਾਨਕ ਕਰਮ ਪ੍ਰਾਪਤ ਹੋਏ ਇਹ ਨਾਨਕੇ ਤਰਸਾ ਉਹਦਾ ਜਿਨ ਜਪਿਆ ਤਿਸ ਕੋ ਬਲਿਹਾਰ ਜਿਸ ਨੇ ਆਰਾਦ ਲਿਆ ਮਹਾਰਾਜ ਕਹਿੰਦੇ ਮੈਂ ਉਤਮ ਬਲਿਹਾਰ ਜਨਾ ਤਿਸ ਕੈ ਸੰਗ ਤਰੈ ਸੰਸਾਰ ਉਹਦੀ ਸੋਭਤ ਇਹ ਸੰਸਾਰ ਦਾ ਭਲਾ ਹੁੰਦਾ ਆ ਕਹੋ ਨਾਨਕ ਪ੍ਰਭ ਲੋਚਾ ਪੂਰ ਹੈ ਪ੍ਰਭੂ ਮੇਰੀ ਵੀ ਖਾਸ਼ ਪੂਰੀ ਕਰ ਦੇ ਇਹ ਲੋਚਾ ਮੇਰੀ ਵੀ ਪੂਰੀ ਕਰ ਦੇ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਚੋਂ ਦੂਰ ਜਿਹੜੇ ਤੇਰੇ ਰਾਹ ਦੇ ਰਾਗੀਰ ਨੇ ਉਹਨਾਂ ਦੇ ਚਰਨਾਂ ਦੀ ਮੈਂ ਖਾਕ ਹੋ ਜਾਵਾਂ ਸਭ ਰਹਿਮਤ ਕਰਨ ਇਹਨਾਂ ਆਲਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਦਿਲੀ ਦੁਆ ਹੈ ਦਿਲੀ ਅਰਦਾਸ ਆ ਇਹਨੀਆਂ ਕਮਤੀਆਂ ਨਾਲੇ ਖਿਮਾ ਪੁੱਲਾਂ ਗਲਤੀਆਂ ਨਾਲ ਸਤਾਰਿਓ ਜੀ ਇੱਥੇ ਸਮਾਪਨ ਕਰਦੇ ਆਂ ਸ਼ਹੀਦਾਂ ਨੂੰ ਨਮਨ ਕਰਦੇ ਆਂ ਹੋਇਆ ਆਵਾਜ਼ ਦੇ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ